ਰੈਡ ਐਫ ਐਮ ਸੁਣ ਰਹੇ ਤੁਸੀਂ 89.1 ਅਤੇ 93.1 ਸੀ ਕੇ ਵਾਈ ਈ। ਪ੍ਰੋਫੈਸਰ ਕਸ਼ਮੀਰਾ ਸਿੰਘ ਜੀ ਸਟੂਡੀਓਜ਼ ਦੇ ਵਿੱਚ ਨੇ। ਪ੍ਰੋਫੈਸਰ ਜੀ ਆਇਆਂ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ, ਵੈਲਕਮ ਜੀ। ਥੈਂਕ ਯੂ। ਹੋਰ ਸਿਹਤ ਠੀਕ ਹੈ ਜੀ? ਹਾਂਜੀ, ਸਿਹਤ ਠੀਕ ਹੈ ਜੀ। ਪ੍ਰੋਫੈਸਰ, ਹੋਰ ਤੁਸੀਂ ਜਦੋਂ ਜਿਮ ਜਾਂਦੇ ਹੋ, ਤੁਹਾਡੇ ਜਿਮ 'ਚ ਤੁਹਾਡੇ ਜਿਹੜਾ ਸਾਥੀ ਨੇ ਉਹ ਕਾਫੀ ਮੈਨੂੰ ਮਿਲਦੇ ਰਹਿੰਦੇ ਆ, ਦੱਸਦੇ ਰਹਿੰਦੇ ਆ ਕਿ ਤੁਸੀਂ ਐਕਸਰਸਾਈਜ਼ ਵਗੈਰਾ ਉੱਥੇ ਕਾਫੀ ਕਰ ਰਹੇ ਹੋ। ਜਿਮ ਜਾ ਨਹੀਂ ਹੁੰਦਾ, ਰੈਗੂਲਰਲੀ ਨਹੀਂ ਜਾ ਹੁੰਦਾ, ਚਲੋ ਕੋਸ਼ਿਸ਼ ਤਾਂ ਕਰੀ ਦੀ ਹੈ ਥੋੜ੍ਹੀ ਬਹੁਤ। ਉੱਥੇ ਸੋਸ਼ਲ ਗੱਲਾਂ ਵੀ ਚੱਲਦੀਆਂ? ਚੱਲਦੀਆਂ ਜੀ, ਬਹੁਤ ਚੱਲਦੀਆਂ। ਕੀ ਆ ਲੇਟੈਸਟ ਜਿਹੜੀ ਆ ਚਰਚਾ ਕਚੀਰਾ ਕੀ ਹੋ ਰਿਹਾ? ਨਹੀਂ ਨਹੀਂ, ਲੇਟੈਸਟ ਨਹੀਂ। ਆਪਾਂ ਤੁਸੀਂ ਜੇ ਇਜਾਜ਼ਤ ਦਿਓ ਤਾਂ ਮੈਂ ਇੱਕ ਦੋ ਗੱਲਾਂ ਪਹਿਲਾਂ ਕਰਨੀਆਂ ਚਾਹੁੰਦਾ। ਜੀ ਜੀ ਜੀ, ਦੱਸੋ। ਇੱਥੇ ਆਪਣਾ ਜਿਹੜਾ ਟੋਪਿਕ ਹੈ ਉਹ ਤੋਂ ਬਿਨਾਂ ਇੱਕ ਤਾਂ ਤਿੰਨ ਸਾਹਿਬ ਇਹ ਕਰਨਾ ਚਾਹੁੰਦਾ ਸੀ ਵੀ ਸੁਣਨ ਵਾਲੇ ਇਹ ਸੁਣਨਾ ਵੀ ਸਾਡਾ ਜਿਹੜਾ ਪਰਪਸ ਹੈ ਨਾ ਟੋਕ ਸ਼ੋ ਕਰਨ ਦਾ, ਇਹ ਕੋਈ ਗਿਆਨ ਸਾਂਝਾ ਕਰਨਾ ਜਾਂ ਗਿਆਨ ਵੰਡਣ ਵਾਲੀ ਗੱਲ ਨਹੀਂ ਹੈ। ਕਿਉਂਕਿ ਜੇ ਤੁਸੀਂ ਗਿਆਨ ਦੀ ਗੱਲ ਕਰਦੇ ਆ, ਗਿਆਨ ਤਾਂ ਇੰਟਰਨੈਟ 'ਤੇ ਬਥੇਰਾ ਮਿਲ ਜਾਂਦਾ ਜੀ, ਜਾਂ ਬਹੁਤ ਮਿਲ ਜਾਂਦਾ ਗਿਆਨ, ਜਿੰਨਾ ਮਰਜ਼ੀ ਤੁਸੀਂ ਲੈ ਲਓ। ਇਹਦਾ ਮੁੱਖ ਪਰਪਸ ਜਿਹੜਾ ਹੈਗਾ ਆ ਉਹ ਹੈਗਾ ਜਾ ਕੇ ਮੇਕ ਦੀ ਪੀਪਲ ਥਿੰਕ, ਤੁਹਾਨੂੰ ਸੋਚਣ ਦੇ ਲਈ, ਸੋਚਣ ਦੀ ਆਦਤ ਪਾਉਣੀ ਜਾਣੀ, ਸੋਚਣ ਲਈ ਉਤਸ਼ਾਹਿਤ ਕਰਨਾ, ਥੋਟ ਪ੍ਰੋਵੋਕਿੰਗ ਉਹ ਕਰਨਾ ਵੀ ਜਿਹੜੀ ਵੀ ਗੱਲ ਇੱਥੇ ਹੁੰਦੀ ਆ ਉਸ ਗੱਲ ਨੂੰ ਬਿਲਕੁਲ ਇੱਦਾਂ ਨਾ ਮੰਨਿਆ ਜਾਵੇ, ਉਹਨੂੰ ਸੋਚਿਆ ਜਾਵੇ। ਕਿਉਂਕਿ ਸੋਚ ਕੇ ਜੇ ਤੁਹਾਨੂੰ ਠੀਕ ਲੱਗਦੀ ਤਾਂ ਮੰਨੋ, ਜੇ ਸੋਚ ਕੇ ਨਹੀਂ, ਸੋਚਣ ਦਾ ਪਰਪਸ ਆ ਜ਼ਿਆਦਾ ਇੱਥੇ, ਮੇਕ ਯੂ ਥਿੰਕ ਵਾਲਾ ਪਰਪਸ ਹੈ ਇੱਥੇ ਜਿਹੜਾ। ਕਿਉਂਕਿ ਆਪਣੀ ਜਿਹੜੀ ਸੋਚ ਆ, ਮੇਰਾ ਫਿਰ ਆਪਣੀ ਸੋਚ ਕਿਸੇ ਹੋਰ ਦੇ ਹੱਥ ਵਿੱਚ ਨਾ ਦਿਓ, ਕਿਸੇ ਨੂੰ ਨਾ ਕਹੋ ਵੀ ਥਿੰਕ ਫੋਰ ਮੀ। ਕਿਉਂਕਿ ਤੁਸੀਂ ਆਪਣੇ ਆਪ ਲਈ ਸੋਚਣਾ ਔਰ ਤੁਸੀਂ ਆਪਣੇ ਆਪ ਨੂੰ ਸਭ ਨਾਲੋਂ ਵੱਧ ਸਮਝਦੇ ਆ। ਜਿੰਨਾ ਮੈਂ ਆਪਣੇ ਆਪ ਨੂੰ ਸਮਝਦਾ ਹਾਂ ਜਾਂ ਜਿੰਨਾ ਤੁਸੀਂ ਆਪਣੇ ਆਪ ਨੂੰ ਸਮਝਦੇ ਹਾਂ ਜਾਂ ਸੁਣਨ ਵਾਲੇ ਜਿੰਨਾ ਸਮਝਦੇ ਆ, ਉਹਨਾਂ ਤੋਂ ਵੱਧ ਹੋਰ ਕੋਈ ਨਹੀਂ ਸਮਝਦਾ ਉਹਨਾਂ ਲਈ। ਉਹ ਮੈਂ ਆਪਣੇ ਬਾਰੇ ਵੱਧ ਜਾਣਦਾ ਸਾਰਿਆਂ ਨਾਲ, ਹੋਰ ਕੋਈ ਇੰਨਾ ਨਹੀਂ ਜਾਣਦਾ। ਸੋ ਮੇਰੇ ਲਈ ਕੀ ਠੀਕ ਆ ਉਹਦੇ ਲਈ ਥਿੰਕ ਕਰਨ ਦੇ ਪਰਪਸ ਆ ਜ਼ਿਆਦਾ ਇਹਦਾ। ਬਾਕੀ ਜਿੱਦਾਂ ਆਪਾਂ ਗੱਲ ਕਰਦੇ ਵੀ ਇੰਟਰਨੈੱਟ ਦੇ ਵਿੱਚੋਂ ਆਪਾਂ ਨੂੰ ਜਿੱਦਾਂ ਕਹਿ ਲਓ ਗਿਆਨ ਤਾਂ ਮਿਲ ਜਾਂਦਾ ਬਹੁਤ, ਵਿਜ਼ਡਮ ਨਹੀਂ ਮਿਲਦੀ। ਜੇ ਤੁਸੀਂ ਕਹੋ ਨਾ ਵਿਜ਼ਡਮ ਨਹੀਂ ਮਿਲਦਾ, ਵਿਜ਼ਡਮ ਆਪਾਂ ਨੂੰ ਇੱਦਾਂ ਸੋਚ ਸਾਚ ਕੇ, ਇਨਫੋਰਮੇਸ਼ਨ ਪਈ ਆ, ਇਨਫੋਰਮੇਸ਼ਨ ਹੈਗੀ ਉੱਥੇ, ਵਿਜ਼ਡਮ ਨਹੀਂ ਹੈ ਉਹਦੇ ਵਿੱਚ। ਸੋ ਇੱਕ ਤਾਂ ਇਹ ਪਰਪਸ ਹੈਗਾ। ਦੂਜਾ ਜਿਹੜਾ ਪਰਪਸ ਹੈਗਾ, ਜੋ ਇੱਕ ਮੈਨੂੰ ਪਿਛਲੇ ਹਫ਼ਤੇ ਵੀ, ਉਹ ਤੋਂ ਪਹਿਲਾਂ ਵੀ ਦੋ ਚਾਰ ਬੰਦਿਆਂ ਨੇ ਕਿਹਾ, ਪਿਛਲੇ ਹਫ਼ਤੇ ਮੈਨੂੰ ਇੱਕ ਬੰਦਾ ਕਹਿੰਦਾ ਜੀ ਮੈਂ ਤੁਹਾਡੀ ਆਵਾਜ਼ ਪਛਾਣ ਲਈ, ਕੋਰਟ ਵਿੱਚ ਸੀ। ਮੈਂ ਕਿਹਾ ਅੱਛਾ, ਤੁਸੀਂ ਫਲਾਨੇ ਆ? ਮੈਨੂੰ ਕਹਿੰਦਾ, ਮੈਂ ਕਿਹਾ ਹਾਂ ਜੀ। ਕਹਿੰਦਾ ਜੀ ਵੀ ਮੈਂ ਪਹਿਲਾਂ ਇੱਦਾਂ ਸਮਝਦਾ ਸੀਗਾ ਵੀ ਜਿੱਦਾਂ ਤੁਸੀਂ ਸਿੱਖਿਜ਼ਮ 'ਤੇ ਗੱਲ ਕਰਦੇ ਆ ਜਾਂ ਸਿੱਖ ਹਿਸਟਰੀ ਦੀ ਗੱਲ ਕਰਦੇ ਆ, ਵੀ ਤੁਹਾਡੇ ਦਾੜੀ ਹੋਣੀ ਆ ਲੰਮੀ ਸਾਰੀ ਅਤੇ ਨਾਲ ਤੁਸੀਂ ਪੱਗ ਬੰਨੀ ਹੋਣੀ ਆ, ਮੈਂ ਤਾਂ ਮਨ 'ਚ ਇੱਦਾਂ ਦਾ ਇਮੇਜ ਸੀਗਾ। ਅਤੇ ਮੈਂ ਕਿਹਾ ਅੱਛਾ, ਪਹਿਲਾਂ ਵੀ ਮੈਂ ਕੁਛ ਬੰਦਿਆਂ ਨੇ ਇੱਦਾਂ ਮੈਨੂੰ ਕਹੀ ਸੀ ਗੱਲ ਜਿਹੜੀ ਨਹੀਂ ਇੱਦਾਂ ਦੀ ਹੈਗੀ ਗੱਲ। ਪਰ ਉਹ ਮੈਂ ਇਹ ਸੋਚਦਾ ਸੀ ਜੀ ਵੀ ਦੇਖੋ ਇਹ ਜਿਹੜਾ ਗਿਆਨ ਆ, ਜਿਹੜੀ ਗੱਲ ਕਿਸੇ ਰਿਲੀਜਨ ਬਾਰੇ ਵੀ ਗੱਲ ਕਰਨ ਦੇ ਲਈ, ਸਿੱਖਿਜ਼ਮ ਬਾਰੇ ਗੱਲ ਕਰਨ ਲਈ ਜ਼ਰੂਰੀ ਨਹੀਂ ਹੈ ਵੀ ਤੁਹਾਡੇ ਜਿਹੜੀ ਦਾੜੀ ਹੋਵੇ ਜਾਂ ਤੁਹਾਡੇ ਪਗੜੀ ਹੋਵੇ, ਜਾਂ ਜੇ ਮੈਂ ਹੁਣ ਕੱਲ੍ਹ ਨੂੰ ਹਿੰਦੂਇਜ਼ਮ ਵੱਲ ਗੱਲ ਕਰਦਾ, ਜ਼ਰੂਰੀ ਨਹੀਂ ਵੀ ਮੇਰੇ ਆਪਣੇ ਜਨੇਰੂ ਪਾਇਆ ਹੋਵੇ ਅਤੇ ਮੇਰੇ ਬੋਧੀ ਰੱਖੀ ਹੋਵੇ, ਤਾਂ ਇੱਦਾਂ ਨਹੀਂ ਹੈ ਜਾਗੇ। ਇਹ ਜਿਹੜਾ ਗਿਆਨ ਆ, ਗਿਆਨ ਦੇ ਲਈ ਕੋਈ ਬਾਹਰਲੇ ਚਿੰਨ੍ਹਾਂ ਦੀ ਲੋੜ ਨਹੀਂ ਹੈ ਜਾ ਕੇ ਵੀ ਜਿੱਥੇ ਤੁਸੀਂ ਬਾਹਰਲੇ ਚਿੰਨ੍ਹ ਦੀ ਲੋੜ ਆ, ਤਾਂ ਗਿਆਨ ਤਾਂ ਜਿੱਦਾਂ ਜਿਹੜਾ ਮਰਜ਼ੀ ਲੈ ਸਕਦਾ ਹੈ, ਇਹਦੇ ਵਿੱਚ ਕੋਈ ਇੱਦਾਂ ਦੀ ਗੱਲ ਨਹੀਂ ਹੈ। ਪਰ ਅੱਜ ਦਾ ਜਿਹੜਾ ਮੇਰੇ ਮਤਲਬ ਸੀ ਜੀ, ਇਸ ਤੋਂ ਪਹਿਲਾਂ ਮੈਂ ਵੀ ਦੱਸਣਾ ਚਾਹੁੰਦਾ ਇੱਕ ਪੁੱਛੋ, ਹਾਂਜੀ, ਵੀ ਇਸ ਪ੍ਰੋਗਰਾਮ ਦਾ ਮਕਸਦ ਇਹ ਵੀ ਆ ਵੀ ਜਿਹੜੀ ਵੀ ਗੱਲਬਾਤ ਤੁਸੀਂ ਇੱਥੇ ਕਰਦੇ ਹੋ ਉਹ ਬੜੀ ਸੈਕੂਲਰ ਹੁੰਦੀ ਆ, ਹਾਂਜੀ, ਕਿਸੇ ਇੱਕ ਪਰਟੀਕੁਲਰ ਧਰਮ ਨੂੰ ਚੁਣ ਕੇ ਜਾਂ ਕਿਸੇ ਦੇ ਖਿਲਾਫ ਨਹੀਂ ਹੁੰਦੀ, ਨਹੀਂ, ਸਗੋਂ ਉਹ ਇਨਫੋਰਮੇਸ਼ਨ ਹੁੰਦੀ ਹੈ ਜਿਹੜੀ ਥੋਟ ਪ੍ਰੋਵੋਕ ਕਰਦੀ ਹੈ। ਹਾਂ ਬਿਲਕੁਲ ਠੀਕ। ਔਰ ਇਹਦੇ 'ਚ ਪਹਿਲਾਂ ਹੀ ਇਹ ਅਸਿਊਮ ਕਰ ਲੈਣਾ ਕਿ ਸ਼ਾਇਦ ਇਹ ਕਿਸੇ ਧਰਮ ਨੂੰ ਦੇ ਖਿਲਾਫ ਜਾਂ ਧਰਮ ਦੇ ਹੱਕ ਵਿੱਚ ਗੱਲ ਕਰਦੀ ਹੈ, ਉਹ ਨਹੀਂ। ਨਹੀਂ, ਮੇਰਾ ਖਿਆਲ ਆ ਵੀ ਤੁਸੀਂ ਤਾਂ ਬੜੀਆਂ ਸੈਕੂਲਰ ਗੱਲਾਂ ਕਰਦੇ ਹੋ, ਧਾਰਮਿਕ ਗੱਲ ਸਾਡਾ ਸਾਡਾ ਮਕਸਦ ਧਾਰਮਿਕ ਬਿਲਕੁਲ ਇਹ ਮਕਸਦ ਨਹੀਂ ਹੈ। ਜਿਹੜਾ ਵੀ ਬੰਦਾ ਜਿਸ ਜੋ ਵਿਸ਼ਵਾਸ ਰੱਖਦਾ ਉਹਨੂੰ ਮੁਬਾਰਕ ਹੈ, ਉਹਦਾ ਅਕੀਦਾ, ਉਹ ਅਕੀਦਾ ਜੋ ਉਹਨੂੰ ਠੀਕ ਲੱਗਦਾ ਉਹ ਕਰ, ਇਹੀ ਤਾਂ ਆਪਾਂ ਕਹਿ ਰਹੇ ਹਾਂ ਜੀ ਵੀ ਤੁਸੀਂ ਖੁਦ ਸੋਚੋ, ਜੋ ਤੁਹਾਨੂੰ ਠੀਕ ਲੱਗਦਾ ਤੁਸੀਂ ਉਹ ਮੰਨੋ, ਕਿਸੇ ਦੇ ਕਹੇ ਨਾ ਕਰੋ ਜਾ ਕੇ, ਜੋ ਤੁਹਾਨੂੰ ਠੀਕ ਲੱਗਦਾ, ਜੇ ਧਰਮ ਵੀ ਜਿਹੜਾ ਤੁਹਾਨੂੰ ਠੀਕ ਲੱਗਦਾ, ਗੋ ਫੋਰ ਦੈਟ। ਇਹ ਤੁਹਾਨੂੰ ਇੱਥੇ ਕਦੇ ਧਰਮ ਬਦਲਣ ਦੀ ਗੱਲ ਹੋਈ ਹੈ ਕਦੇ ਜਾ ਕੇ? ਤੁਸੀਂ ਇੱਕ ਉਹਦਾ ਰੌਲਾ ਨਹੀਂ, ਉਹ ਤਾਂ ਤੁਹਾਡਾ ਵਿਅਕਤੀਗਤ ਇੰਡੀਵਿਜੁਅਲ ਮਸਲਾ ਹੈ, ਜੋ ਤੁਸੀਂ ਮਰਜ਼ੀ ਉਹਦੇ 'ਤੇ ਕਰੋ ਜਿਹੜਾ ਹੈਗਾ। ਮੈਂ ਜਿਹੜੀ ਗੱਲ ਕਰਨੀ ਚਾਹੁੰਦਾ ਸੀ, ਮੈਂ ਕਹਿੰਦਾ ਸੀ ਵੀ ਇੱਕ ਜਿਹੜੇ ਆਪਸੀ ਵਿਚਾਰਾਂ ਦੇ ਮਤਭੇਦ ਕਰਕੇ ਲੜਾਈ ਨਹੀਂ ਕਰਨੀ ਚਾਹੀਦੀ, ਵੀ ਵਿਚਾਰਾਂ 'ਚ ਮਤਭੇਦ ਹੈ ਉਹਦੇ ਲਈ ਨਾ ਲੜੋ ਅਤੇ ਨਾ ਅੜੋ,
ਅੜਨ ਦੀ ਲੋੜ ਵੀ ਨਹੀਂ ਹੈ ਉਹਦੇ ਜਾ ਕੇ ਜੇ ਵਿਚਾਰਾਂ ਦਾ ਮਤਭੇਦ ਹੈਗਾ ਜਾ ਕੇ, ਕਿਉਂਕਿ ਹੁਣ ਕਈ ਵਾਰ ਬੰਦੇ ਕਈ ਇਹ ਪੁੱਛ ਲੈਂਦੇ ਜਾ ਕੇ ਕਹਿੰਦਾ ਜੀ ਵੀ ਉਹ ਬੰਦਾ ਕਿੱਦਾਂ ਦਾ, ਹਰਜਿੰਦਰ ਸਿੰਧ ਕਿੱਦਾਂ ਦਾ ਬੰਦਾ, ਕਸ਼ਮੀਰਾ ਸਿੰਘ ਕਿੱਦਾਂ ਦਾ ਬੰਦਾ ਜੀ। ਉਹਦੇ ਹੁਣ ਤੁਸੀਂ ਜਵਾਬ ਦੇ ਵਿੱਚ, ਹੁਣ ਜੇ ਮੈਨੂੰ ਕੋਈ ਇਹ ਸਵਾਲ ਕਰਦਾ ਵੀ ਕਸ਼ਮੀਰਾ ਸਿੰਘ ਕਿੱਦਾਂ ਦਾ ਬੰਦਾ ਜੀ, ਤਾਂ ਮੈਂ ਉਹਨੂੰ ਇਹ ਕਹੂੰਗਾ ਕਿਹੜੇ ਕਸ਼ਮੀਰਾ ਸਿੰਘ ਦੀ ਗੱਲ ਕਰਦਾ, ਉਸ ਕਸ਼ਮੀਰਾ ਸਿੰਘ ਦੀ ਗੱਲ ਕਰਦਾ ਜਾ ਕੇ ਜਿਹੜਾ ਜਿਸ ਵੇਲੇ ਤੂੰ 5-4 ਸਾਲ ਦਾ ਸੀ, ਜਿਹਨੂੰ ਖੇਡਣ ਤੋਂ ਬਿਨਾਂ ਕੁਛ ਪਤਾ ਹੀ ਨਹੀਂ ਹੁੰਦਾ, ਸਾਰਾ ਦਿਨ ਉਹ ਖੇਡਦਾ ਰਹਿੰਦਾ ਸੀ, ਟਿੱਕ ਕੇ ਬਹਿੰਦਾ ਹੀ ਨਹੀਂ ਸੀ, ਟੱਪਦਾ ਸੀਗਾ, ਜਾਂ ਉਸ ਕਸ਼ਮੀਰਾ ਸਿੰਘ ਦੀ ਗੱਲ ਕਰਦਾ ਜਿਹੜਾ ਜਾਂ ਸਕੂਲੇ ਆ ਗਿਆ ਤਾਂ ਫਿਰ ਉਹ ਪੜ੍ਹਨ ਲੱਗ ਪਿਆ, ਉਹਦੇ ਦੋਸਤ ਮਿੱਤਰ ਵੀ ਬਦਲ ਗਏ, ਉਹਦੇ ਵਿਚਾਰ ਹੋਣ ਸ਼ੁਰੂ ਹੋ ਗਏ, ਕਈਆਂ ਮਸਲਿਆਂ 'ਤੇ ਸੋਚਣ ਲੱਗ ਪਿਆ ਉਹ, ਜਾਂ ਫਿਰ ਜਿਸ ਵੇਲੇ ਹੋਰ ਉਹ ਜਵਾਨ ਹੋ ਗਿਆ, ਉਹ ਜਵਾਨ ਹੋ ਗਿਆ, ਉਹਦੀ ਕੁੜੀ ਨਾਲ ਮੁਹੱਬਤ ਹੋ ਗਈ ਉਹਦੀ ਜਾ ਕੇ, ਉਹਨੂੰ ਫਿਰ ਉਸ ਵੇਲੇ ਲੱਗਣ ਲੱਗ ਪਿਆ ਵੀ ਨਹੀਂ ਬਈ ਸਾਰੀ ਦੁਨੀਆ ਹੈ ਹੀ ਆਹ ਕੁਛ ਆ, ਜੇ ਆਹ ਕੁੜੀ ਮੈਨੂੰ ਮਿਲ ਜਾਵੇ ਤਾਂ ਮੈਨੂੰ ਸਭ ਕੁਛ ਮਿਲ ਜਾਣਾ, ਉਦੋਂ ਉਹ ਹੈ ਤੂੰ ਹੈ ਤੋ ਦਰਖਸ਼ਾਂ ਹੈ ਹਯਾਤ, ਤੇਰੀ ਅੱਖੋਂ ਕੇ ਸਵਾਹ ਦੁਨੀਆ ਮੇਂ ਰੱਖਾ ਕਿਆ ਹੈ, ਉਸ ਵੇਲੇ ਲੱਗਦਾ ਸੀ ਬਸ ਹੋਰ ਕੁਛ ਨਹੀਂ ਚਾਹੀਦਾ ਹੈ, ਪਰ ਮੈਨੂੰ ਇਹ ਕੁੜੀ ਮਿਲ ਜਾਏ ਮੈਨੂੰ ਹੋਰ ਕੁਛ ਨਹੀਂ ਚਾਹੀਦਾ। ਕੀ ਉਸ ਕਸ਼ਮੀਰ ਰਸਮ ਦੀ ਗੱਲ ਕਰਨੀ ਚਾਹੁੰਦੇ ਹਾਂ ਤੁਸੀਂ, ਹਾਸਲ ਵੀ ਕਰ ਲਈ, ਜਾਂ ਉਹਦੀ ਗੱਲ ਕਰਦੇ ਜਾ ਕੇ ਉਹ ਜਿਸ ਵੇਲੇ ਦੌਰ ਲੰਘ ਗਿਆ, ਕਿਉਂਕਿ ਉਸ ਵੇਲੇ ਉਹਦੀ ਸੋਚ ਹੋਰ ਸੀ, ਉਸ ਵੇਲੇ ਇੱਦਾਂ ਸੋਚਦਾ ਸੀ ਵੀ ਜਿੱਦਾਂ ਕਹਿ ਲਓ ਬਿਲਕੁਲ ਉਹਦੇ ਵਿੱਚ ਆਦਮੀ ਖੁੱਬ ਜਾਂਦਾ ਸੀ ਵੀ ਹੋਰ ਕਿਸੇ ਚੀਜ਼ ਦੀ ਲੋੜ ਹੀ ਨਹੀਂ ਹੈ, ਫਿਰ ਉਹਨੂੰ ਕੁਛ ਚਿਰ ਬਾਅਦ ਪਤਾ ਲੱਗਾ ਵੀ ਨਹੀਂ ਹੋਰ ਚੀਜ਼ਾਂ ਦੀ ਲੋੜ ਵੀ ਹੈਗੀ, ਵੀ ਇਹ ਇਕੱਲਾ ਇਹ ਕੰਮ ਨਹੀਂ ਚੱਲਣਾ, ਫਿਰ ਹੁਣ ਸ਼ੁਰੂ ਕੀਤੇ ਕੰਮ ਜੀ, ਕਦੇ ਉਹ ਡੇਅਰੀ ਫਾਰਮ ਕਰੇ, ਕਦੇ ਉਹ ਪ੍ਰੋਫੈਸ਼ਨਲ ਰੈਸਲਿੰਗ ਕਰੇ, ਕਦੇ ਜੋਬ ਕਰੇ ਜਾ ਕੇ ਪੈਸੇ ਕਮਾਉਣ ਦੇ ਸਾਧਨ ਲਈ ਕਰਨ ਲੱਗਾ, ਉਸ ਕਸ਼ਮੀਰ ਸਿੰਘ ਬਾਰੇ ਪੁੱਛਦੇ ਹਾਂ, ਫਿਰ ਤੁਸੀਂ ਉਹਨੂੰ ਪਤਾ ਲੱਗਾ ਜਾ ਕੇ ਕਿਸਮ ਦੇ ਨਾਲ ਜਾ ਕੇ ਵੀ ਇਹ ਨਹੀਂ ਦੁਨੀਆ, ਇਹ ਤਾਂ ਕੁਛ ਹੋਰ ਨੇਕ ਕੰਮ ਵੀ ਹੋਣਾ ਚਾਹੀਦਾ, ਫਿਰ ਉਹਨੂੰ ਪੜ੍ਹਦੇ ਨੂੰ ਸੁਣਦੇ ਨੂੰ ਕੰਪਨੀ ਵਿੱਚ ਆ ਕੇ ਲੱਗਾ ਵੀ ਮੈਨੂੰ ਪੂਰਨ ਸੱਚ ਮਿਲ ਗਿਆ, ਉਹਨੂੰ ਫਿਰ ਇੱਕ ਸਟੇਜ ਇਹ ਆ ਗਈ, ਉਹਨੂੰ ਕਿਹਾ ਵੀ ਹੁਣ ਮੈਨੂੰ ਪੂਰਨ ਸੱਚ ਮਿਲ ਗਿਆ, ਮੈਨੂੰ ਹੁਣ ਪਤਾ ਲੱਗ ਗਿਆ ਦੁਨੀਆ ਦਾ ਕਲਿਆਣ ਕਿੱਦਾਂ ਹੋਣਾ ਜਾ ਕੇ, ਮੈਨੂੰ ਪਤਾ ਦੁਨੀਆ 'ਚੋਂ ਗਰੀਬੀ ਕਿੱਦਾਂ ਜਾਣੀ ਆ, ਮੈਨੂੰ ਇਹ ਪਤਾ ਲੱਗ ਗਿਆ ਜਾ ਕੇ ਵੀ ਹੁਣ ਇੱਥੇ ਕਿ ਸੱਚ ਕੀ, ਅਸਲ ਸੱਚ ਕੀ ਹੈ, ਫਿਰ ਉਹਨੇ ਫੈਸਲਾ ਕਰ ਲਿਆ ਵੀ ਉਹਦੇ ਲਈ ਕੰਮ ਕਰਨਾ, ਹੁਣ ਉਹਦੇ ਪਿੱਛੇ ਲਾ ਦਿਓ ਸਾਰੀ ਜ਼ਿੰਦਗੀ, ਕੋਈ ਗੱਲ ਨਹੀਂ ਜਾ ਕੇ ਹੁਣ ਤਾਂ ਮੈਨੂੰ ਪਤਾ ਹੀ ਲੱਗ ਗਿਆ ਪੂਰਨ ਸੱਚ ਕੀ ਹੈ, ਉਹਦੇ ਪਿੱਛੇ ਉਹਦੇ 'ਚ ਹੋ ਗਿਆ ਖੁਸ਼ ਸਿੱਤੀ ਮੋਰਚਾ ਟੈਕਸ ਕੀ ਹੋਇਆ, ਯੂਨੀਅਨਾਂ ਕੀ ਹੋਈਆਂ, ਯੂਨੀਅਨ 'ਚ ਕਦੇ ਕੰਮ ਕੀਤਾ, ਕਦੇ ਉਹ ਕੀਤਾ, ਕਦੇ ਫਲਾਨਾ ਕੀਤਾ, ਹੜਤਾਲਾਂ ਪੁਲਿਸ ਨਾਲ ਮੁੱਠਭੇੜਾਂ ਫਲਾਨਾ ਜੇ ਕਦੇ ਝਗੜਾ, ਔਰ ਯੂਨੀਅਨ ਦੀ ਖਾਤਰ ਕਈਆਂ ਨਾ ਹੱਥੋਂ ਪਾਈ ਵੀ ਹੋਏ ਜਾ ਕੇ, ਲੜਾਈ ਝਗੜੇ ਵੀ ਕੀਤੇ, ਉਸ ਵੇਲੇ ਠੀਕ ਲੱਗਦਾ ਸੀ, ਉਸ ਕਸ਼ਮੀਰ ਨੂੰ ਪੁੱਛਣਾ ਚਾਹੁੰਦੇ ਜਿਹੜਾ ਕਹਿੰਦਾ ਸੀ ਵੀ ਯੂਨੀਅਨ ਦੀ ਖਾਤਰ ਮਾਰ ਕੁਟਾਈ ਵੀ ਠੀਕ ਹੈ, ਉਸਨੇ ਉਹਦੇ ਬਾਰੇ ਪੁੱਛਿਆ ਜਾ ਕੇ, ਉਹ ਤੋਂ ਬਾਅਦ ਜਿਸ ਵੇਲੇ ਹੋ ਗਿਆ ਉਹ ਦੌਰ ਲੰਘ ਗਿਆ ਜੀ, ਉਹ ਫਿਰ ਸੋਚ ਬਦਲ ਗਈ ਜੀ, ਫਿਰ ਲੱਗਾ ਵੀ ਨਹੀਂ ਬਈ ਪੂਰਨ ਸੱਚ ਇਹ ਵੀ ਹੈ ਨਹੀਂ, ਇਹ ਜਿਹਨੂੰ ਤੂੰ ਪੂਰਨ ਸੱਚ ਸਮਝਦਾ ਇਹ ਪੂਰਨ ਸੱਚ ਇਹ ਵੀ ਹੈ ਨਹੀਂ ਜਾ ਕੇ, ਫਿਰ ਉਹਦੇ ਵਿੱਚ ਹੋਰ ਬਦਲਾਅ ਆਉਂਦੇ ਗਏ ਜਾ ਕੇ ਜੀ, ਫਿਰ ਉਹਨੂੰ ਲੱਗਾ ਵੀ ਜੇ ਮੈਂ ਇਹ ਵਿਚਾਰ ਛੱਡੇ ਤਾਂ ਫਿਰ ਕੀ ਕਹੋ, ਮੈਨੂੰ ਤਾਂ ਸਾਰੇ ਇਹ ਕਹੂਗੇ ਵੀ ਬਈ ਕੋਈ ਕਹੂਗਾ ਡਰ ਗਿਆ, ਕੋਈ ਕਹੂਗਾ ਵਿਗ ਗਿਆ, ਇਹ ਵਿਚਾਰ ਕਿਉਂ ਛੱਡਣ ਲੱਗਾ, ਉਹਦੇ ਆਪਣੇ ਉਸ ਪਾਰਟੀ ਬਾਰੇ ਵਿਚਾਰ ਬਦਲਣੇ ਸ਼ੁਰੂ ਹੋ ਗਏ ਜਾ ਕੇ ਜੀ, ਫਿਰ ਉਹ ਵੀ ਇੱਦਾਂ ਡਰ ਕੇ, ਫਿਰ ਮਨ ਦੇ ਵਿੱਚ ਆਵਾਜ਼ ਆਈ ਵੀ ਆਪਣੇ ਆਪ ਨਾਲ ਕਫਰਤਾ ਨਾ ਕਰ, ਜੋ ਸਹੀ ਲੱਗਦਾ ਉਹ ਕਰ, ਜੇ ਤੈਨੂੰ ਇਹ ਨਹੀਂ ਪੂਰਨ ਸੱਚ ਲੱਗਦਾ ਤਾਂ ਫਿਰ ਦੈਨ ਸੇਠ ਪੂਰਨ ਸੱਚ ਨਹੀਂ ਹੈ, ਇਹਦਾ ਫਿਰ ਕੀ ਤੁਸੀਂ ਉਸ ਕਸ਼ਮੀਰ ਰਸਮ ਦੇ ਗੱਲ ਕਰਨਾ ਚਾਹੁੰਦੇ ਹਾਂ, ਫਿਰ ਉਹ ਜਾ ਕੇ ਫਿਰ ਇਹ ਕਸ਼ਮੀਰ ਰਸਮ ਦਾ ਇਹ ਹਾਲ ਹੋ ਗਿਆ ਵੀ ਉਹ ਉਸ ਮੁਲਕ ਦੇ ਵਿੱਚ ਆ ਕੇ ਟਿੱਕ ਗਿਆ ਜਿਹਨੂੰ ਕਹਿੰਦਾ ਸੀ ਵਰਸਟ ਬੁਰਜੋਆ ਕੰਟਰੀ ਹੈਗੇ ਆ, ਜਿੱਥੇ ਜਾ ਕੇ ਲਹੂ ਪੀ ਹੋ ਰਿਹਾ ਮਜ਼ਦੂਰ ਦਾ, ਜਿੱਥੇ ਮਜ਼ਦੂਰ ਦਾ ਨਾਸ ਕੀਤਾ ਜਾਂਦਾ, ਉਸ ਮੁਲਕ ਵਿੱਚ ਆ ਕੇ ਕਸ਼ਮੀਰ ਰਸਮ ਕਹਿੰਦਾ ਬਹਿਸ਼ਤ ਤਾਂ ਇਹ ਆ ਜਾ ਕੇ, ਤੁਸੀਂ ਉਸ ਕਸ਼ਮੀਰ ਰਸਮ ਦੇ ਵਿਚਾਰ ਪੁੱਛਣਾ ਚਾਹੁੰਦੇ, ਸੋ ਇਹ ਉਹ ਉੱਥੇ ਟਿੱਕ ਗਿਆ ਜਿਹੜਾ ਕਹਿੰਦਾ ਮੈਂ ਇੱਥੇ ਰਹਿਣਾ, ਇਹੀ ਬਹਿਸ਼ਤ ਆ, ਇੱਥੇ ਲਹੂ ਨਹੀਂ ਪੀ ਹੋ ਰਿਹਾ, ਜਿਹੜਾ ਕਿ ਉਹਨੂੰ ਸਾਰੀ ਉਮਰ ਪ੍ਰਚਾਰ ਕੀਤਾ ਵੀ ਇੱਥੇ ਤਾਂ ਲਹੂ ਵੀ ਹੁੰਦਾ ਰਿਹਾ ਜਾ ਕੇ ਮਜ਼ਦੂਰ ਜਮਾਤ ਤੱਕ ਸਾਰੇ ਮਿਹਨਤ ਕਸ਼ ਲੋਕਾਂ ਦਾ ਜਾ ਕੇ, ਉਹ ਉੱਥੇ ਟਿੱਕਿਆ ਵੀ ਨਹੀਂ ਮੈਂ ਇੱਥੇ ਰਹਿਣਾ, ਮੇਰੇ ਬੱਚੇ ਵੀ ਇੱਥੇ ਰਹਿਣ, ਜੇ ਮੈਨੂੰ ਇੱਥੋਂ ਕਿਸੇ ਨੇ ਕੱਢ ਦਿੱਤਾ ਤਾਂ ਮੇਰੇ ਫਾਂਸੀ ਦੇ ਬਰਾਬਰ ਆ, ਜੇ ਡਿਪੋਰਟ ਕਰ ਦਿੱਤਾ ਫਿਰ ਉਹਦੇ ਇਹ ਵਿਚਾਰ ਹੋ ਗਏ ਜਾਏ, ਸੋ ਮੇਰਾ ਇਹ ਸਾਰਾ ਕਹਿਣ ਤੋਂ ਭਾਵ ਇਹ ਆ ਵੀ ਜਦੋਂ ਕਿਸੇ ਬੰਦੇ ਦਾ ਤੁਸੀਂ ਨਿਰਣਾ ਕਰਨਾ ਆ, ਉਹ ਤੁਸੀਂ ਨਿਰਣਾ ਉਹਦੇ 'ਤੇ ਕਰ ਨਹੀਂ ਸਕਦੇ ਹੈ, ਕਿਉਂਕਿ ਉਹ ਬਦਲਦਾ ਆ, ਉਹ 5-4 ਸਾਲ ਖੇਡਣ ਵਾਲੇ ਕਸ਼ਮੀਰ ਰਸਮ ਤੋਂ ਲੈ ਕੇ ਅੱਜ 80 ਸਾਲ ਦੇ ਕਸ਼ਮੀਰ ਰਸਮ ਦਾ ਜੇ ਤੁਸੀਂ ਸਫ਼ਰ ਦੇਖੋ, ਉਹਦਾ ਨਿਰਣਾ ਨਹੀਂ ਤੁਸੀਂ ਕਰ ਸਕਦੇ, ਕਿਸੇ ਸਮੇਂ ਉਹ ਕੁਛ ਸੀ, ਕਿਸੇ ਸਮੇਂ ਉਹ ਕੁਛ ਸੀ, ਔਰ ਮੈਂ ਇਕੱਲਾ ਨਹੀਂ, ਸਾਰੇ ਇੱਦਾਂ ਹੈਗੇ, ਬਦਲਦਾ ਰਹਿੰਦਾ ਬਦਲਦਾ ਰਹਿੰਦਾ, ਇੱਕ ਬੰਦੇ ਮੈਨੂੰ ਮਿਲੇ ਉਹ ਕਹਿੰਦੇ ਜੀ ਮੈਨੂੰ ਕਹਿੰਦੇ ਤੁਸੀਂ ਤਾਂ ਉੱਥੇ ਹੀ ਹਾਂ, ਅਸੀਂ ਤਾਂ ਬਦਲੇ ਨਹੀਂ ਹੈ, ਅਸੀਂ ਤਾਂ ਸਾਡੇ ਤਾਂ ਸਿਆਸੀ ਵਿਚਾਰ ਹੋ ਰਹੇ ਉਹੀ ਆ, ਅਸੀਂ ਤਾਂ ਖੜੇ, ਅਸੀਂ ਉਹ ਖੜੇ ਆ, ਉਹ ਫਿਰ ਨਾਲ ਕਹਿੰਦੇ ਮੈਂ ਤਾਂ ਫਿਰ ਪਹਿਲਾਂ ਨਾਲੋਂ ਵੀ ਜ਼ਿਆਦਾ ਪੱਕਾ ਹੋ ਗਿਆ, ਮੈਂ ਕਿਹਾ ਬਦਲ ਗਿਆ ਨਾ, ਜੇ ਤੁਸੀਂ ਪਹਿਲਾਂ ਨਾਲੋਂ ਵੀ ਜ਼ਿਆਦਾ ਪੱਕੇ ਹੋ ਗਏ ਇਹਦਾ ਮਤਲਬ ਉਹ ਪੱਕਾ ਬਦਲ ਗਏ ਤੁਸੀਂ, ਸੋ ਤੁਹਾਡੇ ਖਿਆਲ ਚਾਹੇ ਉੱਥੇ ਆ ਚਾਹੇ ਵੱਧਦੇ ਰਹਿੰਦੇ ਆ ਘੱਟਦੇ ਰਹਿੰਦੇ ਆ, ਚਾਹੇ ਤੁਸੀਂ ਉਸ ਦਾਇਰੇ ਦੇ ਵਿੱਚ ਵੀ ਰਹੋ,
ਉਸ ਦਾਇਰੇ ਵਿੱਚ ਵੀ ਰਹੋ ਫਿਰ ਵੀ ਤੁਹਾਡੇ ਖਿਆਲ ਬਦਲਦੇ ਰਹਿੰਦੇ ਆ, ਤੁਸੀਂ ਉਸ ਰਿਲੀਜਨ 'ਚ ਵੀ ਰਹੋ ਫਿਰ ਵੀ ਬਦਲ ਦਿੰਦੇ, ਚਾਹੇ ਤੁਸੀਂ ਉਹਨੂੰ ਹੋਰ ਬਿਹਤਰ ਸਮਝਣ ਲੱਗ ਪੈਂਦੇ, ਚਾਹੇ ਤੁਸੀਂ ਉਨਾ ਬਿਹਤਰ ਨਹੀਂ ਸਮਝਦੇ, ਜਾਂ ਤੁਸੀਂ ਕਈ ਉਹ ਕਾਰਗੁਜ਼ਾਰੀਆਂ ਨੂੰ ਨਹੀਂ ਠੀਕ ਸਮਝਦੇ। ਸੋ ਇਹ ਜਿਹੜਾ ਖਿਆਲਾਂ ਦਾ ਬਦਲ ਆ ਇਹਨੂੰ ਆਪਾਂ ਰੋਕ ਨਹੀਂ ਸਕਦੇ, ਇਹ ਰੋਕ ਦੀ ਸਾਡੇ ਬਸ ਨਹੀਂ ਹੈ। ਸਾਡੇ ਅਸੀਂ ਬਸ਼ੱਕ ਉੱਪਰੋਂ ਕਹੀ ਜਾਈਏ ਵੀ ਅਸੀਂ ਬਦਲੇ ਨਹੀਂ, ਅਸੀਂ ਬਦਲੇ ਨਹੀਂ, ਅਸੀਂ ਬਦਲਦੇ ਹਾਂ, ਅਸੀਂ ਬਦਲ ਗਏ। ਸੋ ਇਹ ਸਾਰੇ ਕਹਿਣ ਤੋਂ ਭਾਵ ਇਹ ਆ ਵੀ ਖਿਆਲਾਂ ਦੇ ਮਤਭੇਦ ਕਰਕੇ ਕਿਸੇ ਦੇ ਨਾਲ ਝਗੜਾ ਨਾ ਕਰੋ, ਕਿਸੇ ਨਾਲ ਲੜਾਈ ਕਰੋ, ਖਿਆਲ ਬਦਲ ਜਾਣੇ ਆ, ਉਹ ਬਦਲ ਜਾਣੇ, ਜਿਹਨਾਂ ਕਰਕੇ ਮੈਂ ਕੁੱਟ ਕਟਾਈ ਕਰਦਾ ਹੁੰਦਾ ਸੀਗਾ, ਉਹ ਮੈਨੂੰ ਹੁਣ ਇੱਦਾਂ ਲੱਗਦਾ ਹੈਗਾ ਜਾ ਵੀ ਕਿੰਨਾ ਮੂਰਖਤਾ ਸੀ, ਕਿੰਨਾ ਤੂੰ ਬੇਵਕੂਫੀਆਂ ਕਰਦਾ ਸੀ। ਸੋ ਮੇਰਾ ਕਹਿਣ ਤੋਂ ਮਤਲਬ ਆ ਵੀ ਜਿਹੜੀਆਂ ਬੇਵਕੂਫੀਆਂ ਜਾਂ ਮੈਂ ਕੀਤੀਆਂ ਉਹ ਤੁਸੀਂ ਨਾ ਕਰੋ, ਉਹ ਅਸੀਂ ਮੇਰੇ ਤੋਂ ਹੀ ਸਿੱਖ ਲਓ ਜਿਹੜੀ ਇਹ ਗੱਲ ਹੈ, ਕਿਸੇ ਦੇ ਨਾਲ ਝਗੜਾ ਨਾ ਕਰੋ ਇਸ ਗੱਲ ਦੇ ਉੱਤੇ ਵੀ ਕਿਉਂਕਿ ਤੇਰੇ ਖਿਆਲ ਬਦਲਦੇ ਆ। ਔਰ ਬੱਚਿਆਂ ਦੇ ਨਾਲ ਵੀ ਥਨ ਸਾਹਿਬ ਮੈਂ ਇਹੀ ਗੱਲ ਕਹਿਣਾ ਚਾਹੁੰਦਾ, ਬੱਚਿਆਂ ਨਾਲ ਵੀ ਖਿਆਲ ਬਦਲਦੇ ਆ ਜਾ ਕੇ। ਅਸੀਂ 5-7 ਸਾਲ ਦੇ ਬੱਚੇ ਨੂੰ ਉੱਦਾਂ ਟ੍ਰੀਟ ਨਹੀਂ ਕਰਦੇ ਜਿੱਦਾਂ ਅਸੀਂ ਜਵਾਨ ਹੋਏ ਬੱਚੇ ਨੂੰ ਕਰਦੇ ਹਾਂ। ਜੇ ਅਸੀਂ ਜਵਾਨ ਹੋਏ ਬੱਚੇ ਨੂੰ ਵੀ ਉੱਦਾਂ ਬਚਪਨ ਵਾਂਗੇ ਲੈਣ ਲੱਗ ਪਵਾਂਗੇ ਤਾਂ ਸਾਡੇ ਰਿਲੇਸ਼ਨ ਦੇ ਵਿੱਚ ਕੁੜੱਤਣ ਆ ਜਾਣੀ ਹੈ। ਉਹਦੇ ਬੱਚੇ ਦੇ ਬੜਾ ਹੋਣ ਦੇ ਨਾਲ ਉਹਦੇ ਪ੍ਰਤੀ ਸਾਡੇ ਜਿਹੜੇ ਖਿਆਲ ਆ ਔਰ ਸਾਡੀ ਜਿਹੜੀ ਉਹਨਾਂ ਨਾਲ ਗੱਲਬਾਤ ਕਰਨ ਦੀ ਲਾਈਨ ਹੈ ਉਹ ਬਦਲਣੀ ਚਾਹੀਦੀ ਹੈ। ਉਹਨੂੰ ਸਮਝ ਲੈਣਾ ਚਾਹੀਦਾ ਵੀ ਹੁਣ ਐਡਲਟ ਆ, ਇਹਨੇ ਆਪਣੇ ਫੈਸਲੇ ਆਪ ਲੈ ਲੈਣੇ ਆ, ਇਹਦੇ ਆਪਣੇ ਇਹ ਉਹ ਨਹੀਂ ਹੈ ਜਿਹਨੂੰ ਅਸੀਂ ਉਹ ਚਪੇੜ ਮਾਰ ਕੇ ਸਿੱਧਾ ਕਰ ਲੈਂਦੇ, ਉਹ ਬਦਲ ਗਿਆ ਕੰਮ ਜਾ ਕੇ। ਸੋ ਜੇ ਨਹੀਂ ਬਦਲਾਂਗੇ ਤਾਂ ਫਿਰ ਕੁੜੱਤਣ ਆਊਗੀ। ਸੋ ਮੇਰਾ ਕਹਿਣ ਤੋਂ ਸਾਰੇ ਤੋਂ ਇਹਦੇ ਤੋਂ ਭਾਵ ਸੀ, ਚਾਹੇ ਪਰਪਸ ਸਾਡਾ ਹੋਰ ਪਾਸੇ ਆਪਣਾ ਸੀਗਾ ਵੀ ਖਿਆਲਾਂ ਦੇ ਜਿਹੜੇ ਵਿਚਾਰ ਆ ਇਹਨਾਂ ਕਰਕੇ ਜਿਹੜਾ ਹੈਗਾ ਕਿਸੇ ਦੇ ਨਾਲ ਜਿਹੜਾ ਹੈਗਾ ਲੜਨ ਦੀ ਲੋੜ ਨਹੀਂ ਹੈ, ਝਗੜਾ ਕਰਨ ਦੀ ਲੋੜ ਨਹੀਂ। ਸੋ ਜਿਹੜੀ ਤੁਸੀਂ ਗੱਲ ਕਰਨੀ ਚਾਹੁੰਦੇ ਸੀ ਕਰਨਾ ਆਪਾਂ ਮਿੱਥਿਆ ਸੀ, ਹਾਂਜੀ ਉਹਦੇ ਬਾਰੇ ਦੱਸੋਗੇ? ਥਿੰਦ ਸਾਹਿਬ ਉਹ ਗੱਲ ਆਪਣਾ ਮੇਰੇ ਦਿਮਾਗ ਦੇ ਵਿੱਚ ਇਹ ਸੀ ਵੀ ਇਹ ਇੱਕ ਬਹੁਤ ਸਰਵ ਵਿਆਪਕ ਮਸਲਾ ਆ। ਮਸਲਾ ਇਹ ਹੈਗਾ ਲਾਈਫ ਆਫਟਰ ਡੈਥ, ਕੀ ਮਰਨ ਤੋਂ ਬਾਅਦ ਕੁਛ ਹੁੰਦਾ ਜਾਂ ਮਰਨ ਤੋਂ ਬਾਅਦ ਨਹੀਂ ਹੁੰਦਾ ਕੁਛ ਜਾ ਕੇ। ਇਹ ਵਿਚਾਰ ਇੰਨਾ ਪ੍ਰਬਲ ਹੈ ਦੁਨੀਆਂ ਦੇ ਵਿੱਚ, ਦੁਨੀਆਂ ਦੇ ਕਿਸੇ ਹਿੱਸੇ ਵਿੱਚ ਤੁਸੀਂ ਚਲ ਜਾਓ, ਏਸ਼ੀਆ ਚਲ ਜਾਓ, ਅਫਰੀਕਾ ਚਲ ਜਾਓ, ਯੂਰਪ ਚਲ ਜਾਓ, ਇੱਥੇ ਚਲ ਜਾਓ ਜਾ ਕੇ, ਇਹ ਮਸਲਾ ਹਰੇਕ ਦੇ ਕੋਲ ਹੈਗਾ ਜਾ ਕੇ ਵੀ ਬਈ ਮਰਨ ਤੋਂ ਬਾਅਦ ਕੀ ਹੁੰਦਾ, ਕਿੱਥੇ ਜਾਂਦਾ ਆਦਮੀ ਜਿਹੜਾ ਕੀ ਹੈਗਾ ਜਾ। ਤੁਸੀਂ ਇਹ ਗੱਲ ਦੇਖੋ ਵੀ ਆਮ ਬੰਦੇ ਦੀ ਜੇ ਗੱਲ ਵੀ ਕਰੂਗੇ ਨਾ ਅਤੇ ਜਿਹੜੇ ਨੋਨ ਬਿਲੀਵਰ ਵੀ ਜੇ ਗੱਲ ਕਰੂਗੇ ਨਾ ਜੀ, ਉਹ ਵੀ ਇਹ ਕਹੂਗੇ ਜੀ ਬਸ ਹੁਣ ਥੋੜ੍ਹਾ ਚਿਰ ਆ ਫਿਰ ਚਲੇ ਜਾਣਾ, ਚਲੇ ਜਾਣਾ ਕਹੂਗੇ, ਖਤਮ ਹੋਣਾ ਨਹੀਂ ਕਹੂਗੇ। ਉਹ ਇਹ ਨਹੀਂ ਕਹਿੰਦੇ ਵੀ ਮੈਂ ਇੰਨੇ ਚਿਰ ਤੋਂ ਬਾਅਦ ਖਤਮ ਹੋ ਜਾਣਾ, ਬਸ ਹੁਣ ਜਾਣ ਦਾ ਟਾਈਮ ਆ ਗਿਆ ਜੀ, ਮਤਲਬ ਸਮਝਦੇ ਵੀ ਜਾਣਾ ਕਿਤੇ ਕੋਈ ਹੈਗੀ ਅਗਲੀ ਗੱਲ ਜਾ ਕੇ। ਸੋ ਇਹ ਗੱਲ ਜਿਹੜੀ ਹੈਗੀ ਆ, ਬਾਕੀ ਡਿਫਰੈਂਟ ਜਿਹੜੇ ਰਿਲੀਜਨ ਦੇ, ਇਹ ਰਿਲੀਜਨ ਤਾਂ ਸਾਰਿਆਂ ਨੇ ਤਕਰੀਬਨ ਇਹ ਗੱਲ ਕੀਤੀ ਹੈ ਵੀ ਮਰਨ ਤੋਂ ਬਾਅਦ ਕੁਛ ਨਾ ਕੁਛ ਹੁੰਦਾ ਆ। ਜੇ ਹੁਣ ਆਪਾਂ ਦੇਖੀਏ, ਤੁਸੀਂ ਦੇਖ ਲਓ ਵੀ ਈਵਨ ਜੇ ਬੁੱਧਿਜ਼ਮ ਨੇ ਸਗੋਂ ਰੱਬ 'ਤੇ ਉਹਨੂੰ ਵਿਸ਼ਵਾਸ ਨਹੀਂ ਕੀਤਾ, ਰੀਇਨਕਾਰਨੇਸ਼ਨ 'ਤੇ ਕੀਤਾ ਵੀ ਹੈਗਾ ਜਨਮਾਂ ਦਾ ਚੱਕਰ ਹੈਗਾ। ਉਹ ਹੁਣ ਜਿਹੜੇ ਇਹ ਇੱਕ ਫਲਸਫਾ ਇਹ ਆ ਵੀ ਜਨਮਾਂ ਦਾ ਚੱਕਰ ਹੈਗਾ, ਇੱਕ ਫਲਸਫਾ ਇਹ ਆ ਵੀ ਨਹੀਂ ਕਿਆਮਤ ਦੇ ਦਿਨ ਸਾਰਿਆਂ ਨੇ ਉੱਠਣਾ, ਠੀਕ ਹੈ ਨਾ। ਸੋ ਉਹਦੇ ਇੱਕ ਫਲਸਫਾ ਇਹ ਵੀ ਆ ਵੀ ਨਹੀਂ ਕੁਛ ਵੀ ਨਹੀਂ ਹੁੰਦਾ, ਇੱਕ ਫਲਸਫਾ ਇਹ ਹੈਗਾ ਆ ਉਹ ਇਹਦੇ 'ਚ ਜਿਹਦੇ 'ਚ ਆਪਾਂ ਕਹਿ ਲੈਂਦੇ ਜੇ ਪੁਰਾਣਿਆਂ ਦੇ ਵਿੱਚੋਂ ਦੇਖੀਏ ਤਾਂ ਪੁਰਾਣਿਆਂ ਦੇ ਵਿੱਚੋਂ ਇੰਡੀਆ ਦੇ ਵਿੱਚ ਆਪਣੇ ਚਾਰਵਾਕ ਫਲਸਫਾ ਅਤੇ ਯੋਰ ਇੱਧਰ ਗ੍ਰੀਕ ਦੇ ਵਿੱਚ ਆਪਾਂ ਐਪੀਕੁਰੀਅਨਸ, ਉਹਨਾਂ ਦਾ ਇਹ ਫਲਸਫਾ ਇਹ ਆ ਵੀ ਨਾ ਬੰਦਾ ਕਿਤੋਂ ਆਇਆ ਨਾ ਇਹਨ ਕਿਤੇ ਜਾਣਾ, ਇੱਥੋਂ ਮਾਂ ਬਾਪ ਦੇ ਮਿਲਣਾ ਸ਼ੁਰੂ ਹੁੰਦਾ ਜਾਂ ਸਾਹ ਆਉਣੋਂ ਹਟ ਜਾਂਦਾ ਖਤਮ ਹੋ ਜਾਂਦਾ, ਉਹਨਾਂ ਦੀ ਥਿਊਰੀ ਹੈ। ਪਰ ਇਹ ਬਹੁਤੀ ਪ੍ਰਚਲਿਤ ਥਿਊਰੀ ਨਹੀਂ ਹੈ, ਬਹੁਤੀ ਪ੍ਰਚਲਿਤ ਜਿਹੜੀ ਥਿਊਰੀ ਆ ਉਹ ਇਹੀ ਆ ਵੀ ਜਿਹੜਾ ਹੈਗਾ ਮਰਨ ਤੋਂ ਬਾਅਦ ਜਿਹੜਾ ਹੈਗਾ ਜਾਂਦਾ ਕਿਤੇ। ਹੁਣ ਮੈਂ ਮੇਰੇ ਖਿਆਲ ਦੇ ਵਿੱਚ ਇਹਦਾ ਆਗਾਜ਼ ਕਿੱਦਾਂ ਹੈ ਜੀ, ਇਹਦਾ ਆਗਾਜ਼ ਆ ਇਹ ਫਲਸਫਾ ਤਕਰੀਬਨ ਉੱਤੋਂ ਹੀ ਚੱਲਦਾ ਜਦ ਤੋਂ ਇਨਸਾਨ ਨੇ ਥੋੜ੍ਹਾ ਬਹੁਤ ਸੋਚਣਾ ਸ਼ੁਰੂ ਕਰ ਦਿੱਤਾ। ਅੱਛਾ ਜੀ, ਇੰਨਾ ਪੁਰਾਣਾ ਹੈ, ਇੰਨਾ ਪੁਰਾਣਾ ਇਹ ਰੂਹਾਂ ਬਦਰੂਹਾਂ ਇਹਨਾਂ ਦੀਆਂ ਗੱਲਾਂ ਜਿਹੜੀਆਂ ਬਹੁਤ ਪੁਰਾਣਾ ਆ, ਪੁਰਾਣੀਆਂ ਚੱਲਦੀਆਂ ਉਹਦੀ ਉਹਦੇ ਵਿੱਚ ਪਹਿਲਾਂ ਜਿਸ ਵੇਲੇ ਆਪਣੇ ਬੰਦੇ ਨੇ ਥੋੜ੍ਹਾ ਜਿਹਾ ਸੋਚਣਾ ਸ਼ੁਰੂ ਕੀਤਾ ਅਤੇ ਉਹਨੇ ਦੇਖਿਆ ਵੀ ਇਹ ਬੰਦਾ ਬਿਮਾਰ ਹੁੰਦਾ ਮਰ ਜਾਂਦਾ, ਦੁੱਖ ਹੁੰਦਾ, ਦੁੱਖ ਹੋਇਆ ਉਹਨੂੰ, ਉਹਦੀ ਸਮਝ ਨਾ ਆਵੇ ਵੀ ਇਹ ਕੀ ਹੋਈ ਜਾਂਦਾ ਵੀ ਇਹ ਕੀ ਹੋ ਗਿਆ, ਬੜਾ ਸੋਹਣਾ ਚੱਲਦਾ ਫਿਰਦਾ ਸੀ ਇਹ ਹੁਣ ਬਸ ਹੋ ਗਿਆ। ਉਹਨੂੰ ਫਿਰ ਇਹਦੇ 'ਤੇ ਸੋਚਣਾ ਸ਼ੁਰੂ ਕੀਤਾ, ਕਾਰਨ ਲੱਭਣੇ ਸ਼ੁਰੂ ਕੀਤੇ ਵੀ ਇਹਨੂੰ ਕਿੱਦਾਂ ਕਿਸੇ ਤਰ੍ਹਾਂ ਰੋਕਿਆ ਜਾ ਸਕਦਾ। ਉਹਨੇ ਬੜੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਰੁਕਿਆ, ਨਹੀਂ ਰੁਕ ਨਹੀਂ ਸਕਿਆ, ਉਹਨੇ ਬੜਾ ਕੀਤਾ ਨਹੀਂ ਰੁਕ ਸਕਿਆ। ਉਹ ਤੋਂ ਬਾਅਦ ਜਿਸ ਵੇਲੇ ਫਿਰ ਰਿਲੀਜਨ ਵਜੂਦ ਦੇ ਵਿੱਚ ਆਉਂਦੇ ਆ ਨਾ ਜੀ, ਉਹ ਰਿਲੀਜਨ ਵਜੂਦ ਵਿੱਚ ਆ ਕੇ ਉਹਨੇ ਫਿਰ ਇਹ ਫਲਸਫਾ ਦੇ ਕੱਢਿਆ
ਹੁਣ ਉਹਨਾਂ ਦਾ ਪਰਪਸ ਕੀ ਸੀ, ਕੱਢਿਆ ਜਾਂ ਉਹਨੇ ਐਕਚੁਅਲੀ ਫੀਲ ਕੀਤਾ ਵੀ ਨਹੀਂ ਇਹ ਮਰਿਆ ਨਹੀਂ ਹੈ, ਇਹ ਮਰਿਆ ਨਹੀਂ, ਇਹ ਖਤਮ ਨਹੀਂ ਹੋਇਆ, ਇਹਨ ਗਾਹਾਂ ਜਾਣਾ ਕਿਤੇ। ਉਹ ਜਿਸ ਵੇਲੇ ਉਹਨੇ ਉਹ ਗੱਲ ਕਹੀ ਤਾਂ ਫਲੋਕਸ ਆਫ ਪੀਪਲ ਉਹਦੇ ਮਗਰ ਆ ਗਏ, ਲੋਕਾਂ ਦੇ ਝੁੰਡ ਦੇ ਝੁੰਡ ਆ ਗਏ, ਕਿਉਂਕਿ ਮਰਨਾ ਕੋਈ ਨਹੀਂ ਚਾਹੁੰਦਾ ਜੀ। ਉਹਨੇ ਕਿਹਾ ਵੀ ਆਹ ਜਿਹੀ ਗੱਲ ਸਹੀ ਆਏ ਬਿਲਕੁਲ, ਵੀ ਇਹ ਮਰਿਆ ਨਹੀਂ ਹੈ, ਇਹ ਜਿਹੜਾ ਹੈਗਾ ਅੱਗੇ ਕਿਤੇ ਚਲੇ ਗਿਆ। ਉਹ ਫਿਰ ਉਹਨੇ ਆਪਣੇ ਆਪਣੇ ਅਨੁਸਾਰ ਕਬੀਲਿਆਂ ਦੇ ਹਿਸਾਬ ਨਾਲ, ਰੂਹਾਂ ਦੇ ਹਿਸਾਬ ਨਾਲ, ਆ ਕੇ ਕਈਆਂ ਦੇ ਇੱਦਾਂ, ਕਈਆਂ ਨੇ ਜਿਹੜਾ ਸੁਪਨਾ ਵੀ ਆ ਜਾਣਾ, ਸੁਪਨੇ ਨੂੰ ਇਹ ਸਮਝਣਾ ਵੀ ਇਹ ਉਹਦੀ ਰੂਹ ਆ ਗਈ ਮੇਰੇ ਕੋਲ, ਉਹ ਰੂਹ ਨੇ ਮੈਨੂੰ ਆ ਕੇ ਆਹ ਗੱਲ ਕਹੀ ਆ, ਉਹ ਹੋਰ ਪ੍ਰਚਲਿਤ ਹੋ ਗਈ। ਹੁੰਦੀ 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 ਇਹ ਦੁਨੀਆਂ ਦੇ ਸਾਰਿਆਂ ਹਿੱਸਿਆਂ ਦੇ ਵਿੱਚ ਇਹ ਗੱਲ ਜਿਹੜੀ ਹੈਗੀ ਆ ਪ੍ਰਚਲਿਤ ਹੋ ਗਈ ਵੀ ਇਹ ਇੱਥੇ ਕਰਨਾ। ਹੁਣ ਜੇ ਆਪਾਂ ਦੇਖੀਏ ਉਹਦੇ ਵਿੱਚ ਇੰਨਾ ਲੋਕ ਸਿੰਘ ਸਾਹਿਬ ਜਿਹਦਾ ਭੂਤ ਚੜੀਲਾਂ ਵਜੂਦ ਵਿੱਚ ਆ ਗਈਆਂ, ਲੋਕ ਬਦ ਰੂਹਾਂ ਆ ਗਈਆਂ, ਤੁਸੀਂ ਦੇਖੋ ਵੀ ਆਮ ਹੀ ਆ, ਹੁਣ ਵੀ ਇਹੀ ਹੋਣਾ ਮੈਨੂੰ ਤਾਂ ਪਤਾ, ਅੱਜ ਵੀ ਇਹੀ ਦਿਨ ਅਸੀਂ, ਹਾਂ ਅੱਜ ਵੀ ਉਹੀ ਬਦ ਰੂਹਾਂ ਦਾ ਹੀ ਦਿਨ ਹੈ। ਪ੍ਰੋਫੈਸਰ ਕਸ਼ਮੀਰਾ ਸਿੰਘ ਜੀ ਅੱਜ ਸਾਡੇ ਸਟੂਡੀਓਜ਼ ਦੇ ਵਿੱਚ ਨੇ, ਅਤੇ ਉਹ ਜ਼ਿੰਦਗੀ ਤੋਂ ਬਾਅਦ ਕੀ ਵਾਪਰਦਾ ਹੈ, ਮੌਤ ਤੋਂ ਪਿੱਛੋਂ ਕੀ ਵਾਪਰਦਾ ਹੈ, ਇਸ ਦੇ ਬਾਰੇ ਗੱਲਬਾਤ ਕਰ ਰਹੇ ਨੇ, ਦੱਸ ਰਹੇ ਨੇ ਕਿ ਵੱਖ ਵੱਖ ਵਿਸ਼ਵਾਸ ਕੀ ਹਨ। ਸੋ ਪ੍ਰੋਫੈਸਰ ਤੁਸੀਂ ਦੱਸਣ ਲੱਗੇ ਸੀ, ਬੜੀ ਇੰਪੋਰਟੈਂਟ ਗੱਲ ਸੀ। ਜਿਹੜੇ ਦੋਸਤ ਮਿੱਤਰ ਨੇ ਕਹਿਣਾ ਪ੍ਰੋਫੈਸਰ ਕਿੱਦਾਂ ਦੀਆਂ ਗੱਲਾਂ ਤੁਸੀਂ ਕਰਨ ਲੱਗ ਪਏ ਜਿਹੜੇ ਹੈਗੇ ਆ ਲਾਈਫ ਆਫਟਰ ਡੈਥ ਜਾ ਕੇ ਆ। ਇੱਕ ਦਿਨ ਸਰ ਮੈਂ ਦੇਖਿਆ ਇਹ ਜਿਹੜੀ ਮਰਨ ਤੋਂ ਬਾਅਦ ਦੀ ਗੱਲ ਆ ਨਾ, ਇਹ ਯੰਗ ਮੈਨ ਨਹੀਂ ਬਹੁਤੀ ਕਰਦੇ ਇਹਦੀ ਗੱਲ, ਇਹ ਜਿੱਦਾਂ ਜਿੱਦਾਂ ਉਮਰ ਵੱਧਦੀ ਹੈ ਨਾ ਉੱਦਾਂ ਉੱਦਾਂ ਮੈਂ ਦੇਖਿਆ ਇਹਦੇ 'ਚ ਲੋਕ ਜ਼ਿਆਦਾ ਇੰਟਰਸਟਡ ਹੁੰਦੇ ਆ ਵੀ ਮਰਨ ਤੋਂ ਬਾਅਦ ਕੀ ਹੁੰਦਾ, ਮਰਨ ਤੋਂ ਬਾਅਦ ਕੀ ਹੁੰਦਾ, ਯੰਗ ਪੀਪਲ ਨਹੀਂ ਬਹੁਤ ਇਹਦੇ ਵਿੱਚ ਇੰਟਰਸਟਡ ਹੈਗੇ ਆ, ਉਹਨਾਂ ਨੂੰ ਤਾਂ ਲੱਗਦਾ ਹੁੰਦਾ ਵੀ ਮੌਤ ਆਉਣੀ ਨਹੀਂ, ਉਹ ਲੱਗਦਾ ਹੁੰਦਾ ਦੂਰ ਆ ਨਾ ਕੰਮ ਜੀ। ਅੱਛਾ ਹੁਣ ਇਹ ਜਿਹੜਾ ਵਿਸ਼ਾ ਆ ਥਿੰਦ ਸਾਹਿਬ, ਇਹ ਵਿਸ਼ਾ ਜ਼ਿਆਦਾ ਰਿਲੀਜਨ ਦੇ ਫੀਲਡ 'ਚ ਹੀ ਰਿਹਾ, ਇਹ ਧਾਰਮਿਕ ਫੀਲਡ ਦੇ ਵਿੱਚ ਯਾਦ ਰਿਹਾ, ਡਿਫਰੈਂਟ ਧਰਮਾਂ ਨੇ ਆਪਣੇ ਆਪਣੇ ਹਿਸਾਬ ਨਾਲ ਇਹਦੇ 'ਤੇ ਗੱਲ ਕੀਤੀ ਆ, ਵਿਗਿਆਨ ਨੇ ਨਹੀਂ ਇਹ 'ਤੇ ਬਹੁਤੀ ਗੱਲ ਕੀਤੀ, ਕਿਉਂਕਿ ਇਸ਼ੂ ਇੰਨਾ ਇੰਪੋਰਟੈਂਟ ਆ ਆਦਮੀ ਦੇ ਮਰਨ ਤੋਂ ਬਾਅਦ, ਵਿਗਿਆਨ ਨੇ ਬਹੁਤੀ ਗੱਲ ਨਹੀਂ ਕੀਤੀ ਇਹ 'ਤੇ। ਅੱਛਾ ਇਹਦੇ ਉੱਤੇ ਕਿਤਾਬਾਂ ਲਿਖੀਆਂ ਗਈਆਂ, ਕਾਫੀ ਕਿਤਾਬਾਂ ਲਿਖੀਆਂ, ਇੱਥੇ ਵੈਨਕੂਵਰ ਲਾਇਬ੍ਰੇਰੀ ਦੇ ਵਿੱਚ ਮੇਰਾ ਖਿਆਲ 11-12 ਕਿਤਾਬਾਂ ਆਇਆ, ਮੈਂ ਕੁਛ ਤਾਂ ਪੜ੍ਹੀ ਸੀ, ਇੱਕ ਕਿਤਾਬ ਮੈਂ ਹੁਣੇ ਹੀ ਪੜ੍ਹੀ, ਦੁਬਾਰਾ ਉਹ ਪੜ੍ਹੀ ਆ ਜਾ ਕੇ, ਉਹ ਲਾਈਫ ਆਫਟਰ ਡੈਥ ਬਾਈ ਦੀਪਕ ਚੋਪੜਾ, ਉਹ ਕਿਤਾਬ ਵੀ ਪੜ੍ਹ ਲੈਣੀ ਚਾਹੀਦੀ ਹੈ ਜੇ ਕੋਈ ਉਹਨੂੰ ਸਮਝਦਾ ਠੀਕ ਹੈ। ਅੱਛਾ ਇਹ ਸਾਇੰਸ ਨੇ ਇਹਦੇ 'ਤੇ ਬਹੁਤੀ ਗੱਲ ਨਹੀਂ ਕੀਤੀ ਹੈ ਜਾ ਕੇ, ਉਹਨੇ ਜੇ ਕਹਿ ਦਈਏ ਵੀ ਕਲੀਅਰ ਕੱਟ ਉਹਨੇ ਕਹਿਤਾ ਵੀ ਨਹੀਂ ਹੈ, ਇਹ ਵੀ ਨਹੀਂ ਕਿਹਾ, ਇਹ ਵੀ ਨਹੀਂ ਕਿਹਾ ਹੈਗਾ ਵੀ ਜ਼ਰੂਰ ਬਾਅਦ 'ਚ ਸੋਲ ਆਉਂਦੀ ਆ, ਸੋਲ ਦਾ ਕੁਛ ਬਣਦਾ ਜਾਂ ਨਹੀਂ ਬਣਦਾ, ਇਹਦੇ ਬਾਰੇ ਵੀ ਕੁਛ ਨਹੀਂ ਕਿਹਾ, ਧਰਮਾਂ ਦੇ ਜ਼ਰੂਰ ਆਪਣਾ ਆਪਣਾ ਕਿਹਾ ਜਾ ਕੇ। ਹੁਣ ਜਿੱਦਾਂ ਮੈਂ ਪਹਿਲਾਂ ਕਹਿ ਕੇ ਹਟਿਆ ਵੀ ਚਾਰ ਵਾਕ ਅਤੇ ਐਪੀਕੁਰੀਅਸ ਉਹ ਵੈਰੀ ਕਲੀਅਰ ਹੈ, ਉਹ ਕਹਿੰਦੇ ਵੀ ਨਹੀਂ ਵੀ ਨਾ ਕਿਤੋਂ ਆਇਆ ਨਾ ਕਿਤੇ ਜਾਣਾ ਜਾ ਕੇ। ਅੱਛਾ ਇੱਕ ਉਹਨੂੰ ਕਹਿੰਦੇ ਹੈਗੇ ਜੀ ਇੱਕ ਜਿਹੜੇ ਮਟੀਰੀਅਲਿਸਟ ਆ ਉਹ ਵੀ ਨਹੀਂ ਮੰਨਦੇ, ਜਿਹੜੇ ਪਦਾਰਥਵਾਦੀ ਆ, ਜਿਹੜੇ ਪਦਾਰਥਵਾਦੀ ਆ ਉਹ ਵੀ ਨਹੀਂ ਮੰਨਦੇ ਆ। ਇੱਕ ਉਹਦੇ ਵਿੱਚ ਲਫਜ਼ ਆਉਂਦਾ, ਇੱਕ ਜਿਹੜੀਆਂ ਲੈਨਨ ਦੀਆਂ ਕੁਛ ਕਿਤਾਬਾਂ ਮੈਂ ਤਾਂ ਨਹੀਂ ਸਾਰੀਆਂ ਪੜ੍ਹੀਆਂ ਨਹੀਂ ਹੈ, ਕਿਤੇ ਥੋੜ੍ਹੀ ਥੋੜ੍ਹੀਆਂ ਦੇਖੀਆਂ ਜੀ, ਉਹਦੇ ਵਿੱਚ ਇੱਕ ਲਫਜ਼ ਆਉਂਦਾ ਸਪੋਂਟੇਨੀਅਸ ਮਟੀਰੀਅਲਿਜ਼ਮ, ਉਹਦੇ ਵਿੱਚ ਉਹ ਸਪੋਂਟੇਨੀਅਸ ਮਟੀਰੀਅਲਿਜ਼ਮ ਉਹ ਕਹਿੰਦਾ ਵੀ ਇਨ ਦੇਅਰ ਹਾਰਟਸ ਐਂਡ ਹਾਰਟਸ ਜਿਹੜਾ ਆ ਲੋਕਾਂ ਨੂੰ ਇਸ ਗੱਲ ਦਾ ਪਤਾ ਵੀ ਮਰਨ ਤੋਂ ਬਾਅਦ ਕੁਛ ਨਹੀਂ, ਕਹਿੰਦਾ ਹਾਰਟਸ ਐਂਡ ਹਾਰਟਸ ਉਹਨਾਂ ਨੂੰ ਪਤਾ ਹੈਗਾ, ਤਾਂ ਹੀ ਕਹਿੰਦਾ ਜਿਸ ਵੇਲੇ ਉਹ ਸਵਰਗ ਨੂੰ ਜਾਣ ਲੱਗਦੇ ਆ ਤਾਂ ਉਸ ਵੇਲੇ ਹਸਪਤਾਲ ਨੂੰ ਦੌੜਦੇ ਆ, ਉਸ ਵੇਲੇ ਰੋਕਣਾ ਚਾਹੁੰਦੇ ਆ ਵੀ ਅਸੀਂ ਕਿਸੇ ਤਰ੍ਹਾਂ ਜਾਈਏ ਨਾ, ਅਸੀਂ ਇੱਦਾਂ ਨਾ ਹੋਵੇ ਮੈਂ ਜਿੱਦਾਂ ਵੀ ਅਸੀਂ ਕਿਤੇ ਚਾਹੇ ਸਵਰਗ ਨੂੰ ਪਹੁੰਚ ਜਾ। ਇੱਕੋ ਕਹਾਣੀ ਆਪਾਂ ਇੱਕ ਕਹਿ ਪਹਿਲਾਂ ਕੀਤੀ ਵੀ ਸੀ ਉਹਦੇ ਵਿੱਚ ਚਾਰ ਵਾਕ ਦੀ, ਚਾਰ ਵਾਕ ਦੀ ਉਹ ਕਹਾਣੀ ਉਹ ਜਿਹੜੀ ਹੈਗੀ ਨਾ ਜੀ, ਉਹ ਪੁਜਾਰੀ ਨੂੰ ਆ ਕੇ ਕਹਿੰਦਾ ਜਿਸ ਵੇਲੇ ਉਹ ਚਾਰ ਰਿਸ਼ੀ ਚਾਰ ਵਾਕ ਪੁਜਾਰੀ ਨੂੰ ਮਿਲਦੇ ਆ ਤਾਂ ਉਹ ਪੁਜਾਰੀ ਨੂੰ ਕਹਿੰਦੇ ਆ ਜਾ ਕੇ ਵੀ ਜੀ ਪੁਜਾਰੀ ਜੀ ਇਹ ਸਵਰਗ ਵਿੱਚ ਕੌਣ ਜਾਂਦਾ, ਅਤੇ ਉਹ ਕਹਿੰਦੇ ਜੀ ਵੀ ਜਿਹੜਾ ਪਰਮਾਤਮਾ ਦਾ ਭਗਵਾਨ ਦਾ ਨਾਂ ਲੈਂਦਾ, ਜਾਂ ਉਹ ਕਹਿੰਦੇ ਵੀ ਤੁਸੀਂ ਸਾਰੀ ਉਮਰ ਕੀ ਕੀਤਾ, ਉਹ ਕਹਿੰਦਾ ਜੀ ਮੈਂ ਤਾਂ ਸਾਰੀ ਉਮਰ ਇਹੀ ਕੰਮ ਕੀਤਾ, ਭਗਵਾਨ ਦਾ ਨਾਂ ਹੀ ਸਾਰਿਆਂ ਨੂੰ ਜਾਇਆ ਅਤੇ ਇਹੀ ਮੈਂ ਤਾਂ ਇਹੀ ਕੰਮ ਕੀਤਾ, ਅਤੇ ਉਹ ਕਹਿੰਦਾ ਜੀ ਵੀ ਤੁਸੀਂ ਤਾਂ ਫਿਰ ਜਾਊਂਗੇ ਹੀ ਸਵਰਗ ਦੇ ਵਿੱਚ, ਤਾਂ ਉਹ ਬੜਾ ਕਹਿੰਦਾ ਹਾਂ ਜੀ ਮੈਂ ਤਾਂ ਜਾਊਂਗਾ, ਹਾਂ ਹਾਂਜੀ ਹਾਂਜੀ ਉਹਨੇ ਕਿਹਾ, ਕਹਿੰਦਾ ਹਾਂਜੀ ਫਿਰ ਤਾਂ ਹੈ ਗੱਲ ਮੈਂ ਤਾਂ ਇਹੀ ਕੰਮ ਕੀਤਾ। ਉਹ ਕਹਿੰਦਾ ਕਹਿੰਦਾ ਪੁਜਾਰੀ ਜੀ ਜਾਂ 6 ਮਹੀਨੇ ਪਹਿਲਾਂ ਤੁਸੀਂ ਬਿਮਾਰ ਹੋ ਗਏ ਸੀ, ਤੁਸੀਂ ਰੌਲਾ ਕਿਉਂ ਪਾਉਂਦੇ ਸੀ, ਵੈਦ ਨੂੰ ਲਿਆਓ ਵੈਦ ਨੂੰ ਲਿਆਓ, ਮੈਂ ਮਰ ਚੱਲਿਆ ਮੈਨੂੰ ਬਚਾਓ ਕਿਸ ਤਰ੍ਹਾਂ ਵੈਦ ਨੂੰ ਲਿਆਓ, ਜੇ ਤੁਸੀਂ ਸਵਰਗ ਨੂੰ ਜਿਹੜਾ ਤੁਸੀਂ ਕਹਿੰਦੇ ਸਵਰਗ ਇੱਥੇ ਨਾਲੋਂ ਚੰਗਾ, ਜੇ ਉਹ ਤੁਹਾਨੂੰ ਜਾਣ ਦਾ ਮੌਕਾ ਮਿਲਿਆ ਤਾਂ ਤੁਸੀਂ ਫਿਰ ਕਿਉਂ ਗਏ, ਕਿ ਉਹਨੂੰ ਇਹ ਕਿਉਂ ਰੌਲਾ ਪਾਉਂਦੇ ਸੀ, ਵੈਦ ਨੂੰ ਸੱਦੋ ਮੈਨੂੰ ਰੋਕੋ। ਬਾਕੀ ਉਹ ਕਹਿੰਦੇ ਵੀ ਤੁਸੀਂ ਦੇਖੋ ਕੁਛ ਤਾਂ ਹੋਵੇ, ਕਦੇ ਵੀ ਕਹਿੰਦੇ ਕਿਤੇ ਇੱਦਾਂ ਦੀ ਗੱਲ ਕਦੇ ਨਹੀਂ ਹੋਈ ਵੀ ਕਿਸੇ ਨੇ ਜਾ ਕੇ, ਜਿੱਦਾਂ ਹੁਣ ਆਮ ਪੰਜਾਬ ਕਿਆ ਸਾਰੀ ਦੁਨੀਆਂ 'ਚ ਇਹ ਕਹਿੰਦਾ, ਕਹਿੰਦੇ ਕਿਸੇ ਨੇ ਆ ਕੇ ਕੁਝ ਦੱਸਿਆ ਜੀ ਕਦੇ,
ਇਹ ਵੀ ਗੱਲ ਆਮ ਮੁੜ ਕੇ ਆ ਕੇ ਕਿਸੇ ਨੂੰ ਦੱਸਿਆ ਉਹ ਕਦੇ ਕਦੇ ਕਿਸੇ ਨੇ ਇੱਦਾਂ ਨਹੀਂ ਕਿਹਾ ਜਾ ਕੇ ਜੀ ਵੀ ਮੈਂ ਰਾਜੀ ਖੁਸ਼ੀ ਪਹੁੰਚ ਗਿਆ ਸਵਰਗ ਦੇ ਵਿੱਚ ਫਿਕਰ ਨਾ ਕਰੋ ਚੰਗੀ ਗੱਲ ਹੈ ਇੱਦਾਂ ਨਹੀਂ ਕਦੇ ਨਹੀਂ ਹੋਈ ਹੈ ਪਰ ਅੱਜ ਮਲਕ ਸਾਹਿਬ ਦੱਸ ਰਹੇ ਸੀ ਕਿ ਕ੍ਰਿਸਚੈਨਿਟੀ ਅਤੇ ਇਸਲਾਮ ਧਰਮ ਦੇ ਵਿੱਚ ਇਹ ਵਿਸ਼ਵਾਸ ਹੈ ਉਹਨਾਂ ਦਾ ਪੱਕਾ ਕਿ ਲੋਕ ਕਬਰਾਂ ਦੇ ਵਿੱਚੋਂ ਇੱਕ ਦਿਨ ਆਏਗਾ ਕਿਆਮਤ ਦਾ ਕਬਰਾਂ ਦੇ ਵਿੱਚੋਂ ਉੱਠਣਗੇ ਅਤੇ ਫਿਰ ਉਹ ਜ਼ਿੰਦਾ ਹੋ ਜਾਣਗੇ ਇਹ ਵੀ ਇੱਕ ਵਿਸ਼ਵਾਸ ਹੈ ਦੇਖੋ ਦਿਨ ਸਾਹਿਬ ਜਿਹਦਾ ਜਿੱਦਾਂ ਦਾ ਵਿਸ਼ਵਾਸ ਹੈਗਾ ਉਹਨੂੰ ਉਹ ਮੁਬਾਰਕ ਹੈ ਵਿਸ਼ਵਾਸ ਉਹ ਉਸ ਵਿਸ਼ਵਾਸ 'ਤੇ ਕਾਇਮ ਰਹਿਣੀ ਚਾਹੀਦੀ ਹਾਂ ਉਹਦੀ ਰਿਸਪੈਕਟ ਕਰਨੀ ਉਹ ਆਪਣੇ ਤੌਰ 'ਤੇ ਜੋ ਵੀ ਠੀਕ ਹੈ ਹਿੰਦੂ ਦਾ ਆਪਣਾ ਵਿਸ਼ਵਾਸ ਆ ਇਸ ਕ੍ਰਿਸਚਨ ਜਾਂ ਇਸਲਾਮ ਦਾ ਆਪਣਾ ਵਿਸ਼ਵਾਸ ਆ ਬੁੱਧ ਧਰਮ ਦਾ ਆਪਣਾ ਵਿਸ਼ਵਾਸ ਆ ਔਰ ਨੋਨ ਬਿਲੀਵਰ ਦਾ ਆਪਣਾ ਵਿਸ਼ਵਾਸ ਹੈ ਅੱਛਾ ਜੀ ਦਿਨ ਸਾਹਿਬ ਤੁਹਾਨੂੰ ਇਸ ਗੱਲ ਦਾ ਮੇਰਾ ਖਿਆਲ ਤੁਹਾਨੂੰ ਤਾਂ ਪਤਾ ਹੀ ਹੋਣਾ ਜਿਹੜਾ ਪਿਛਲਾ ਸੈਂਸਸ ਹੋਇਆ ਉਹਦੇ ਵਿੱਚ ਗ੍ਰੇਟਰ ਵੈਨਕੂਵਰ ਦੇ ਵਿੱਚ 41% ਲੋਕਾਂ ਨੇ ਲਿਖਾਇਆ ਵੀ ਸਾਡਾ ਕੋਈ ਰਿਲੀਜਨ ਨਹੀਂ ਹੈ ਨੋਨ ਬਿਲੀਵਰ ਨੇ 41% 41% ਲੋਕਾਂ ਨੇ ਜਾਣੀ ਇਹਦਾ ਨੋਨ ਬਿਲੀਵਰ ਜਿਹੜੇ ਨਹੀਂ ਵਿਸ਼ਵਾਸ ਕਰਦੇ ਸੋ ਬਦਲ ਰਿਹਾ ਇੱਕ ਜਿਹੜਾ ਹੈਗਾ ਮੈਨੂੰ ਇੱਦਾਂ ਲੱਗਦਾ ਜੀ ਹੋ ਸਕਦਾ ਮੈਂ ਇਹਦੇ 'ਤੇ ਗਲਤ ਵੀ ਹੋਵਾਂ ਮੈਨੂੰ ਇਹ ਲੱਗਦਾ ਵੀ ਵਿਗਿਆਨ ਦੇ ਔਰ ਐਜੂਕੇਸ਼ਨ ਦੇ ਵਧਣ ਦੇ ਨਾਲ ਇਹ ਵਿਸ਼ਵਾਸ ਮਰਨ ਤੋਂ ਬਾਅਦ ਦਾ ਵਿਸ਼ਵਾਸ ਥੋੜ੍ਹਾ ਜਿਹਾ ਠੰਡਾ ਉਹਨੂੰ ਘੱਟ ਰਿਹਾ ਮੇਰੇ ਹਿਸਾਬ ਪਰ ਆਈ ਐਮ ਨੋਟ ਸ਼ੋਰ ਮੈਂ ਸ਼ੋਰ ਨਹੀਂ ਇਹਦੇ ਵਿੱਚ ਅੱਛਾ ਉਹਦੇ ਵਿੱਚ ਤੁਸੀਂ ਦੇਖੋ ਨਾ ਜੀ ਜਿਸ ਵੇਲੇ ਆਪਣੇ ਸੋਕਰੇਟਿਸ ਨਾਲ ਗੱਲ ਹੁੰਦੀ ਹੈ ਸੋਕਰੇਟਿਸ ਨੂੰ ਹੁਣ ਉਹਨੂੰ ਵੀ ਕਹਿੰਦੇ ਬੜਾ ਵਿਦਵਾਨ ਆਦਮੀ ਸੀ ਫਿਲੋਸਫਰ ਸੀ ਜੀ ਅਤੇ ਸੋਕਰੇਟਿਸ ਨੇ ਵੀ ਐਂਡ ਦੇ ਵਿੱਚ ਜਦ ਮਰਨ ਲੱਗਾ ਤਾਂ ਉਹਨੇ ਇਹ ਗੱਲ ਕਹੀ ਵੀ ਵਨ ਥਿੰਗ ਆਈ ਨੋ ਨਥਿੰਗ ਵੀ ਕੁਛ ਨਹੀਂ ਹੈ ਮੈਨੂੰ ਨਹੀਂ ਕੁਛ ਵੀ ਪਤਾ ਅੱਛਾ ਉਹ ਜਿਸ ਵੇਲੇ ਮਰਨ ਲੱਗਾ ਨਾ ਜੀ ਉਹਦੇ ਦੋਸਤ ਆ ਕੇ ਰੋਣ ਲੱਗ ਪਏ ਉਹਦੇ ਕੋਲ ਰੋਣ ਲੱਗ ਪਏ ਅਤੇ ਉਹ ਕਹਿੰਦੇ ਵੀ ਤੈਂ ਹੁਣ ਮਰ ਜਾਣਾ ਪਲੈਟੋ ਸੀਗਾ ਕ੍ਰਿਟੋ ਸੀ ਇੱਕ ਹੋਰ ਉਹ ਰੋਣ ਲੱਗ ਪਿਆ ਉਹਨੇ ਪਹਿਲਾਂ ਉਹਨੂੰ ਕੋਸ਼ਿਸ਼ ਵੀ ਕੀਤੀ ਵੀ ਤੈਨੂੰ ਅਸੀਂ ਇੱਥੋਂ ਭਜਾ ਕੇ ਲੈ ਜਾਂਦੇ ਹਾਂ ਕਿਉਂਕਿ ਉਸ ਵੇਲੇ ਗ੍ਰੀਕ ਦੇ ਵਿੱਚ ਸਿਟੀ ਸਟੇਟ ਸੀਗੀਆਂ ਜੇ ਤੁਸੀਂ ਉੱਥੋਂ ਭੱਜ ਕੇ ਦੂਜੇ 'ਚ ਜਿੱਦਾਂ ਸਰੀ ਦੇ ਵਿੱਚੋਂ ਡੈਲਟੇ ਚਲ ਜਾਓ ਫਿਰ ਤੁਹਾਡੇ 'ਤੇ ਉਹ ਲਾ ਨਾ ਸੀ ਲੱਗਣਾ ਹਾਂ ਅਤੇ ਉਹ ਕਹਿੰਦੇ ਤੈਨੂੰ ਭਜਾ ਲੈਂਦੇ ਹਾਂ ਜੇਲਰ ਨਾਲ ਅਸੀਂ ਗੱਲ ਕੀਤੀ ਹੋਈ ਹੈ ਅਤੇ ਉਹ ਕਹਿੰਦਾ ਨੋ ਮੈਂ ਲੋਅ ਨੂੰ ਪਾਲਣਾ ਕਰਨੀ ਆ ਲੋਅ ਦੇ ਮੁਤਾਬਕ ਮੈਨੂੰ ਹੋਇਆ ਵੀ ਜ਼ਹਿਰ ਦਾ ਪਿਆਲਾ ਪੀਣਾ ਲਾ ਨਹੀਂ ਮੈਂ ਤੋੜਨਾ ਫਿਰ ਮੈਂ ਗਾਹਾਂ ਸਿੱਖਿਆ ਕੀ ਦਊਂਗਾ ਮੇਰੀ ਸਿੱਖਿਆ ਦਾ ਅਰਥ ਕੀ ਹੋਇਆ ਜੇ ਤੁਸੀਂ ਲਾ ਤੋੜਿਆ ਜਾ ਕੇ ਔਰ ਜਿਸ ਵੇਲੇ ਉਹ ਕਹਿੰਦੇ ਉਹ ਪਿਆਲਾ ਪੀਤਾ ਵੀ ਨਾ ਜੇ ਉਹ ਸੁੜਕਾ ਮਾਰ ਕੇ ਲਾਸਟ ਡਰੋਪ ਵੀ ਕਰਕੇ ਪੀਤਾ ਕਹਿੰਦਾ ਕਿਉਂਕਿ ਲੋਅ 'ਚ ਲਿਖਿਆ ਸਾਰਾ ਪੀਣਾ ਹੁਣ ਸਾਰਾ ਖੈਰ ਮੈਂ ਸਾਈਡ ਟਰੈਕ ਹੋ ਗਿਆ ਉਹ ਕਹਿੰਦੇ ਜਿਸ ਵੇਲੇ ਰੋਣ ਲਾ ਉਹ ਕਹਿੰਦਾ ਤੁਸੀਂ ਰੋਂਦੇ ਕਿਉਂ ਆ ਉਹ ਕਹਿੰਦੇ ਵੀ ਤੈਂ ਚਲੇ ਜਾਣਾ ਜਾ ਕੇ ਤੈਂ ਮਰ ਜਾਣਾ ਜਾ ਕੇ ਉਹ ਕਹਿੰਦਾ ਦੇਖੋ ਦੋ ਗੱਲਾਂ ਹੋਣੀਆਂ ਜੇ ਇੱਕ ਤਾਂ ਇਹ ਹੈਗਾ ਵੀ ਮਰਨ ਤੋਂ ਬਾਅਦ ਮੈਂ ਕਿਤੇ ਹੋਰ ਚਲ ਜਾਣਾ ਜਿੰਦਾ ਰਹਿਣਾ ਇੱਕ ਸਿਨਾਰੀਓ ਇਹ ਬਣਨਾ ਗਾ ਜੇ ਕਹਿੰਦਾ ਇਹ ਬਣ ਗਿਆ ਵੀ ਮਰਨ ਤੋਂ ਬਾਅਦ ਮੈਂ ਕਿਤੇ ਹੋਰ ਚਲ ਜਾਣਾ ਫਿਰ ਤਾਂ ਕਹਿੰਦਾ ਬਹੁਤ ਹੋਰ ਚੰਗਾ ਆ ਕਿਉਂਕਿ ਮੇਰੇ ਪੁਰਾਣੇ ਫਿਲੋਸਫਰ ਪੁਰਾਣੇ ਬੰਦੇ ਸਾਰਿਆਂ ਨੂੰ ਮਿਲੂੰਗਾ ਉੱਥੇ ਉਹਨਾਂ ਨਾਲ ਗੱਲਾਂ ਬਾਤਾਂ ਕਰੂੰਗਾ ਡਿਸਕਸ਼ਨਾਂ ਕਰਾਂਗੇ ਗਿਆਨ 'ਚ ਵਾਧਾ ਕਰਾਂਗੇ ਜਾ ਕੇ ਫਿਰ ਮੈਂ ਬਹੁਤ ਹੈਪੀ ਹੋ ਜਾਣਾ ਕਹਿੰਦਾ ਉਹਨਾਂ ਨਾਲ ਡਿਸਕਸ਼ਨਾਂ ਕਰਕੇ ਜੇ ਮਰਨ ਤੋਂ ਬਾਅਦ ਲਾਈਫ ਹੋਈ ਇੱਕ ਸਿਚੁਏਸ਼ਨ ਇਹ ਹੈ ਦੂਜੀ ਸਿਚੁਏਸ਼ਨ ਕਹਿੰਦਾ ਇਹ ਹੋਊਗੀ ਵੀ ਮਰਨ ਤੋਂ ਬਾਅਦ ਨਹੀਂ ਹੈ ਲਾਈਫ ਮਰ ਗਿਆ ਤਾਂ ਖਤਮ ਹੋ ਗਿਆ ਕਹਿੰਦਾ ਹੁਣ ਉਹ ਹੁੰਦੇ ਆ ਸਾਰੀ ਉਮਰ ਕਹਿੰਦਾ ਬੰਦੇ ਦੀ ਇਹ ਇੱਛਾ ਹੁੰਦੀ ਆ ਵੀ ਮੈਂ ਗੂੜੀ ਨੀਂਦ ਸੌਵਾਂ ਕਿਤੇ ਔਰ ਸੌਂ ਕੇ ਵੀ ਉਹ ਕਹਿੰਦਾ ਨਾ ਮੈਂ ਸੁੱਤਾ ਆ ਮੈਨੂੰ ਜਗਾਇਓ ਨਾ ਹੁਣ ਕਹਿੰਦਾ ਫਿਰ ਮੈਂ ਕਹਿੰਦਾ ਉਸ ਨੀਂਦ ਵਿੱਚ ਸੌਂ ਜਾਣਾ ਇੰਨੀ ਨੀਂਦ ਦੇ ਵਿੱਚ ਜਿਹੜਾ ਫਿਰ ਮੈਂ ਜਾਗਣਾ ਨੇ ਆਨੰਦ ਨਾਲ ਸਾਰੀ ਗੂੜੀ ਨੀਂਦ ਦੇ ਵਿੱਚ ਸੌਂ ਜਾਣਾ ਸਾਰੇ ਮੇਰੇ ਫਿਕਰ ਖਤਮ ਸਾਰੇ ਫਿਕਰ ਆਰਾਮ ਨਾਲ ਗੂੜੀ ਨੀਂਦ ਸੌਂ ਜਾਂਦਾ ਫਿਰ ਕਹਿੰਦਾ ਦੋਨਾਂ ਸਿਚੁਏਸ਼ਨਾਂ 'ਚ ਤੁਹਾਡੇ ਨਾਲੋਂ ਚੰਗਾ ਦੋਨਾਂ ਸਿਚੁਏਸ਼ਨ ਤੁਹਾਡੇ ਨਾਲੋਂ ਚੰਗਾ ਨਾ ਉਹ ਕਹਿੰਦਾ ਯੂ ਗੋ ਇਟ ਇਜ਼ ਟਾਈਮ ਫੋਰ ਯੂ ਟੂ ਲਿਵ ਐਂਡ ਫੋਰ ਮੀ ਟੂ ਡਾਈ ਤੁਸੀਂ ਜਾਓ ਤੁਹਾਡਾ ਹੁਣ ਜੀਣ ਦਾ ਟਾਈਮ ਆ ਗਿਆ ਅਤੇ ਮੇਰਾ ਹੁਣ ਜਿਹੜਾ ਹੈਗਾ ਉਹ ਮਰਨ ਦਾ ਟਾਈਮ ਆ ਗਿਆ ਸੁਕਰਾਤ ਨੇ ਕਿਹਾ ਅੱਛਾ ਉਹਦੇ 'ਚ ਹੁਣ ਦੇਖੋ ਕਬੀਰ ਸਾਹਿਬ ਦੀ ਕਬੀਰ ਸਾਹਿਬ ਨੇ ਵੇਖਦੇ ਲੈ ਕਿਹਾ ਜਿਸ ਮਰਨੇ ਸੇ ਜਗ ਡਰੇ ਮੇਰੇ ਮਨ ਆਨੰਦ ਮਰਨੇ ਸੇ ਹੀ ਪਾਈ ਉਹ ਪੂਰਨ ਪਰਮਾਨੰਦ ਪੂਰਾ ਆਨੰਦ ਉਹਦੇ 'ਚ ਉਹਦਾ ਧਾਰਮਿਕ ਬੰਦਿਆਂ ਨੇ ਲਿਖਿਆ ਇਹ ਗੱਲਾਂ ਪਰ ਉਹਨਾਂ ਦਾ ਵਿਸ਼ਵਾਸ ਇਹ ਵੀ ਹੋ ਸਕਦਾ ਅੱਗੇ ਜਾਣਾ ਜਾ ਕੇ ਅੱਛਾ ਹੁਣ ਸਾਇੰਸ ਨੇ ਇਹਦੇ 'ਤੇ ਕੋਈ ਗੱਲ ਨਹੀਂ ਲਿਖੀ ਇੱਕ ਇੰਡੀਆ ਦੇ ਵਿੱਚ ਥਿੰਸ ਰਿਲੀਜਨ ਆ ਛੋਟਾ ਜਿਹਾ ਪੰਜਾਬ ਦੇ ਵਿੱਚ ਦੇਵ ਸਮਾਜ ਹਾਂਜੀ ਉਹ ਦੇਵ ਸਮਾਜ ਜਿਹੜਾ ਰਿਲੀਜਨ ਆ ਉਹ ਰੱਬ 'ਚ ਵਿਸ਼ਵਾਸ ਨਹੀਂ ਕਰਦੇ ਉਹਨਾਂ ਦਾ ਕਾਲਜ ਆ ਫਿਰੋਜ਼ਪੁਰ ਹਾਂਜੀ ਬਸ ਉਹ ਨਾਸਤਕ ਆ ਜੀ ਅੱਛਾ ਹਾਂ ਉਹਨਾਂ ਦੇ ਰਸਾਲਾ ਕੱਢਦੇ ਆ ਸਾਇੰਸ ਗਰਾਊਂਡਡ ਰਿਲੀਜਨ ਵੀ ਸਾਡਾ ਜਿਹੜਾ ਰਿਲੀਜਨ ਆ ਉਹ ਸਾਇੰਸ ਦੇ ਆਧਾਰ 'ਤੇ ਆ ਦੇ ਡੋਂਟ ਬਿਲੀਵ ਇਨ ਗੋਡ ਦੇਵ ਸਮਾਜ ਜੀ ਹਾਂ ਉਹ ਰੱਬ 'ਚ ਵਿਸ਼ਵਾਸ ਨਹੀਂ ਕਰਦੇ ਪਰ ਉਹ ਆਫਟਰ ਲਾਈਫ 'ਚ ਵਿਸ਼ਵਾਸ ਕਰਦੇ ਆ
ਅੱਛਾ ਹਾਂ ਉਹ ਇਹ ਕਹਿੰਦੇ ਆ ਵੀ ਮਰਨ ਤੋਂ ਬਾਅਦ ਆਦਮੀ ਜਿਹੜਾ ਹੈਗਾ ਆ ਯੈਸ ਇਹਦੀ ਜਿਹੜੀ ਹੈਗੀ ਆ ਰੂਹ ਬਣਦੀ ਆ ਅਤੇ ਇਹਦਾ ਜਨਮ ਹੁੰਦਾ ਜਾ ਕੇ ਇਹਦੇ 'ਤੇ ਲੰਮੀ ਚੌੜੀ ਫਿਲੋਸਫੀ ਉਹਨਾਂ ਦੀ ਇੱਦਾਂ ਇਹ ਇੱਕ ਇਹ ਰਿਲੀਜਨ ਵੀ ਹੈਗਾ ਜਿਹੜਾ ਕਹਿੰਦਾ ਵੀ ਗੋਡ ਹੈ ਨਹੀਂ ਔਰ ਲਾਈਫ ਹੈਗੀ ਆ ਅਗਲੀ ਲਾਈਫ ਜਿਹੜੀ ਹੈਗੀ ਆ ਉਹ ਇਸ ਤਰ੍ਹਾਂ ਕਰਦੀ ਹੈਗੀ ਸੋ ਇਹ ਇੱਕ ਗੱਲ ਜਿਸ ਵੇਲੇ ਤਜਰਬੇ ਇੱਥੇ ਕੀਤੇ ਗਏ ਇੱਥੇ ਤੁਹਾਨੂੰ ਕਈ ਵਾਰ ਬੁਲਾ ਕੇ ਮੀਡੀਅਮ ਦੇ ਰਾਹੀਂ ਰੂਹਾਂ ਦੀ ਗੱਲ ਇੱਦਾਂ ਦੀ ਗੱਲ ਕੀਤੀ ਗਈ ਹੈਗੀ ਪਰ ਸਾਇੰਸ ਨੇ ਇਹਦੇ 'ਤੇ ਗੱਲ ਨਹੀਂ ਕੀਤੀ ਇਹਦੇ 'ਤੇ ਬਰਟਨ ਰਸਲ ਨੂੰ ਪੁੱਛਿਆ ਗਿਆ ਇਸ 'ਤੇ ਵੀ ਤੁਹਾਡਾ ਜਿਹੜਾ ਹੈਗਾ ਨੈਕਸਟ ਲਾਈਫ ਦੇ ਵਿੱਚ ਕੀ ਵਿਸ਼ਵਾਸ ਕੀ ਹੈ ਉਹ ਕਹਿੰਦੇ ਵੀ ਦੇਖੋ ਅਜੇ ਤੱਕ ਜਿੰਨਾ ਗਿਆਨ ਸਾਡੇ ਕੋਲ ਹੈਗਾ ਉਸ ਗਿਆਨ ਉਸ ਇੰਨਾ ਗਿਆਨ ਨਹੀਂ ਹੈ ਜਿਹਦੇ ਉੱਤੇ ਅਸੀਂ ਪੱਕੇ ਤੌਰ 'ਤੇ ਕਹਿ ਸਕੀਏ ਵੀ ਲਾਈਫ ਆਫਟਰ ਡੈਥ ਹੈਗੀ ਸਾਡੇ ਕੋਲ ਸਫੀਸ਼ੀਐਂਟ ਇੰਨਾ ਗਿਆਨ ਹੈ ਨਹੀਂ ਸਾਡੇ ਕੋਲ ਨਾ ਕੋਈ ਤਜਰਬੇ ਹੋਇਆ ਨਾ ਕੋਈ ਇੰਨਾ ਗਿਆਨ ਹੋ ਗਿਆ ਪਰ ਉਹ ਕਹਿੰਦੇ ਜੇ ਫਰਜ਼ ਕਰ ਲਓ ਕੋਈ ਇੱਦਾਂ ਦਾ ਗਿਆਨ ਕੱਲ੍ਹ ਨੂੰ ਆ ਜਾਵੇ ਸਾਇੰਟੀਫਿਕਲੀ ਸਾਬਤ ਕਰ ਦੇਵੇ ਤਾਂ ਦੈਨ ਵੀ ਵਿਲ ਬਿਲੀਵ ਇਟ ਫਿਰ ਸਾਨੂੰ ਬਿਲੀਵ ਕਰਨਾ ਪੈਣਾ ਜੇ ਫਰਜ਼ ਕਰੋ ਵਿਗਿਆਨ ਇਹ 'ਤੇ ਕਰਕੇ ਕਿਉਂਕਿ ਵਿਗਿਆਨ ਨੇ ਬਹੁਤਾ ਜ਼ੋਰ ਵੀ ਨਹੀਂ ਲਾਇਆ ਪਤਾ ਨਹੀਂ ਇਸ਼ੂ ਨਹੀਂ ਸਮਝੇ ਇਸ ਗੱਲ ਨੂੰ ਤਾਂ ਫਿਰ ਕਹਿੰਦਾ ਵੀ ਵਿਲ ਬਿਲੀਵ ਇਟ ਹੁਣ ਉਹ ਕਹਿੰਦੇ ਵੀ ਇੱਕ ਇੱਕ ਸੈਂਸ ਆਫ ਕੋਟੇਸ਼ਨ ਆ ਕਈ ਬੰਦੇ ਕਹਿੰਦੇ ਸੁਪਰ ਨੈਚੁਰਲ ਇਜ਼ ਨੈਚੁਰਲ ਅਨਐਕਸਪਲੋਰਡ ਜਿਹੜਾ ਚੀਜ਼ ਦੀ ਨਹੀਂ ਅਜੇ ਖੋਜ ਹੋਈ ਉਹਨੂੰ ਸੁਪਰ ਨੈਚੁਰਲ ਉਹ ਕਹਿੰਦਾ ਕਹਿ ਦਿੰਦੇ ਆ ਕਿਉਂਕਿ ਹੁਣ ਇਹਦੇ ਉੱਤੇ ਕੋਈ ਖੋਜ ਹੋਈ ਨਹੀਂ ਇਸ ਕਰਕੇ ਇਹਨੂੰ ਜਿਹੜਾ ਕਹੇ ਤਾਂ ਇਹ ਸੁਪਰ ਨੈਚੁਰਲ ਹੈ ਜੀ ਇਹ ਤਾਂ ਜਾਣੀ ਉਸ ਦੁਨੀਆ ਦੀਆਂ ਗੱਲਾਂ ਆ ਉਹਨੇ ਇੱਕ ਬੰਦੇ ਨੇ ਮਿਸਾਲ ਦਿੱਤੀ ਉਹ ਕਹਿੰਦਾ ਦੇਖੋ ਇੱਕ ਸਮਾਂ ਸੀ ਜਿਸ ਵੇਲੇ ਚੰਦ ਸਮਝਿਆ ਜਾਂਦਾ ਸੀ ਵੀ ਇਹ ਚੰਦ ਜਿਹੜਾ ਦੇਵਤਾ ਆ ਇਹ ਸੁਪਰ ਨੈਚੁਰਲ ਤਾਂ ਦੇਵਤਾ ਇਹ 'ਤੇ ਕੋਈ ਪਹੁੰਚ ਨਹੀਂ ਹੈ ਕਿਸੇ ਬੰਦੇ ਦੀ ਹੁਣ ਉੱਥੇ ਹੈਲੀਕਾਪਟਰ ਆਪਣੇ ਤਾਰ ਰਹੇ ਹੁਣ ਰੋਕਟ ਤੋਂ ਤਾਰ ਰਹੇ ਹੁਣ ਉਹ ਜਿਹੜਾ ਸੀਗਾ ਉਹ ਜਿਹੜਾ ਨੈਚੁਰਲ ਜਿਸ ਵੇਲੇ ਐਕਸਪਲੋਰ ਹੋ ਗਿਆ ਨਾ ਸੁਪਰ ਨੈਚੁਰਲ ਜਿਸ ਵੇਲੇ ਐਕਸਪਲੋਰ ਹੋ ਗਿਆ ਤਾਂ ਫਿਰ ਉਹ ਸੁਪਰ ਨੈਚੁਰਲ ਨਹੀਂ ਰਿਹਾ ਉਹ ਨੈਚੁਰਲ ਬਣ ਗਿਆ ਵੀ ਚੰਦ ਵੀ ਇੱਕ ਬਈ ਉਪਗ੍ਰਹਿ ਆ ਬਾਕੀਆਂ ਦੀ ਤਰ੍ਹਾਂ ਜਾ ਕੇ ਇਸੇ ਤਰ੍ਹਾਂ ਉਹ ਕਹਿੰਦੇ ਵੀ ਜੇ ਕਿਸੇ ਸਟੇਜ ਦੇ ਉੱਤੇ ਇਹੋ ਜਿਹੀ ਖੋਜ ਹੋਵੇ ਵੀ ਮਰਨ ਤੋਂ ਬਾਅਦ ਕੋਈ ਗੱਲ ਹੁੰਦੀ ਆ ਤਾਂ ਮੈਂ ਵੀ ਸਾਰਿਆਂ ਨੂੰ ਕਹਿੰਦਾ ਵੀ ਫਿਰ ਦੈਨ ਵੀ ਸ਼ੁੱਡ ਐਕਸੈਪਟ ਇਟ ਪਰ ਅਜੇ ਤੱਕ ਜਿਹੜੀ ਹੈਗੀ ਅਜੇ ਤੱਕ ਇਹ ਫੀਲਡ ਧਰਮ ਵਿੱਚ ਹੀ ਰਿਹਾ ਜਾਂ ਕੁਛ ਫਿਲੋਸਫੀ ਦੇ ਵਿੱਚ ਰਿਹਾ ਵੀ ਬਾਅਦ ਦੇ ਵਿੱਚ ਲਾਈਫ ਦਾ ਕੁਛ ਹੈਗੀ ਆ ਕੁਝ ਡਾਕਟਰਾਂ ਨੇ ਪ੍ਰੋਫੈਸਰ ਸਾਹਿਬ ਚੈਲੰਜ ਜ਼ਰੂਰ ਕੀਤਾ ਕਿ ਜਿਹੜੀ ਮੌਤ ਆ ਉਹ ਇੱਕ ਡਿਜ਼ੀਜ਼ ਆ ਉਹ ਕਹਿੰਦੇ ਜਿਵੇਂ ਬਾਕੀ ਦੀਆਂ ਬਿਮਾਰੀਆਂ ਨੇ ਇਹ ਮੌਤ ਵੀ ਇੱਕ ਬਿਮਾਰੀ ਆ ਔਰ ਇਵੈਂਚੁਅਲੀ ਅਸੀਂ ਇਹਦਾ ਹੱਲ ਲੱਭ ਲਵਾਂਗੇ ਸ਼ਾਇਦ ਤੁਸੀਂ ਵੀ ਪੜ੍ਹਿਆ ਹੋਵੇ ਹਾਂ ਇਹ ਇਹ ਹੈ ਉਹ ਕਹਿੰਦੇ ਵੀ ਜਿਹੜੀ ਹੈਗੀ ਆ ਇਹ ਉਹ ਦੀਪਕ ਚੋਪੜੇ ਦੀ ਵੀ ਇੱਕ ਬੁੱਕ ਆ ਪਹਿਲਾਂ ਏਜਲੈਸ ਬੋਡੀ ਟਾਈਮਲੈਸ ਮਾਇੰਡ ਕੁਛ ਇੱਦਾਂ ਦੀ ਹੈ ਉਹਦੇ ਵਿੱਚ ਵੀ ਉਹ ਕਹਿੰਦਾ ਵੀ ਜਿਹੜਾ ਕੋਨਸੈਪਟ ਹੈਗਾ ਵੀ ਬੰਦਾ ਘੱਸ ਕੇ ਮਰਦਾ ਘੱਸ ਕੇ ਨਹੀਂ ਉਹ ਕਹਿੰਦੇ ਮਰਦਾ ਬੰਦਾ ਡਿਜ਼ੀਜ਼ ਨਾ ਮਰਦਾ ਇੱਕ ਬਿਮਾਰੀ ਆ ਜਾਂਦੀ ਆ ਉਹਦੀ ਉਮਰ ਸ਼ੋਰਟਨ ਕਰ ਦਿੰਦੀ ਆ 6 ਮਹੀਨੇ ਜ਼ੁਕਾਮ ਹੋਣ ਨਾਲ ਵੀ 10 ਦਿਨ ਸ਼ੋਰਟਨ ਹੋ ਗਏ ਦੂਏ ਜਿੰਨੀਆਂ ਬਿਮਾਰੀ ਜੇ ਉਹ ਦੱਸਦੇ ਉਹ ਕਹਿੰਦੇ ਵੀ ਇੱਕ ਤਾਂ ਤਜਰਬਾ ਹੋਇਆ ਇੰਗਲੈਂਡ ਦੇ ਵਿੱਚ ਇੰਗਲੈਂਡ 'ਚ ਇਹੋ ਜਿਹਾ ਯੂਰਪ 'ਚ ਕਿਤੇ ਹੋ ਸਕਦਾ ਮੈਂ ਗਲਤ ਹੋਵਾਂ ਜਾਏ ਉਹ ਤਜਰਬਾ ਹੋਇਆ ਵੀ ਉਹਨੇ ਕੀ ਕੀਤਾ ਜੀ ਕੁਛ ਬੰਦਿਆਂ ਨੂੰ ਲਿਆ ਕੇ ਲੰਮੇ ਭਾਰਤਾ ਜੀ ਉਹਨਾਂ ਨੂੰ ਕਹਿ ਦਿੱਤਾ ਜਾ ਕੇ ਵੀ ਤੁਹਾਨੂੰ ਫੂਡ ਖਰੀਦ ਸਭ ਕੁਝ ਮਿਲਣਾ ਤੁਸੀਂ ਕਰਨਾ ਕੁਛ ਨਹੀਂ ਪਏ ਰਹਿਣਾ ਤੁਸੀਂ ਪਏ ਰਹਿਣਾ ਜਾ ਕੇ ਤੁਹਾਨੂੰ ਘਸਣ ਨਹੀਂ ਦੇਣਾ ਤੁਹਾਨੂੰ ਪਏ ਰਹਿਣਾ ਫਿਰ ਤੁਹਾਡਾ ਫਿਰ ਮੁਆਇਨਾ ਕਰਨਾ ਬਾਅਦ 'ਚ ਉਹਨੇ ਉਹ ਤੋਂ ਬਾਅਦ ਸਾਲ ਜਾਂ 6 ਮਹੀਨੇ ਉੱਦਾਂ ਹੀ ਰੱਖਿਆ ਜੀ ਫਿਰ ਉਹਦਾ ਮੁਆਇਨਾ ਕੀਤਾ ਉਹ ਜਿਹੜੇ ਸੀਗੇ ਉਹ ਸਗੋਂ ਪਹਿਲਾਂ ਨਾਲੋਂ ਕਮਜ਼ੋਰ ਹੋ ਗਏ ਉਹਨਾਂ ਤੋਂ ਤੁਰਵੇ ਨਾ ਹੋਵੇ ਜਦ ਉਠਾਲੇ ਗਏ ਸੋ ਉਹਨੇ ਕਿਹਾ ਵੀ ਇਹ ਜਿਹੜੀ ਥਿਊਰੀ ਵੀ ਬੰਦਾ ਘੱਸ ਕੇ ਮਰਦਾ ਇਹ ਨਹੀਂ ਹੈ ਘੱਸ ਕੇ ਨਹੀਂ ਮਰਦਾ ਇਹ ਉਹ ਡਿਜ਼ੀਜ਼ ਆ ਜਿਹੜੀਆਂ ਬੰਦੇ ਨੂੰ ਮਾਰੀ ਜਾਂਦੀਆਂ ਮਾਰੀ ਜਾਂਦੀਆਂ ਤਾਂ ਹੀ ਇੱਕ ਥਿਊਰੀ ਆ ਵੀ ਆ ਵੀ ਜੇ ਡਿਜ਼ੀਜ਼ ਨੂੰ ਕੰਟਰੋਲ ਕਰ ਲਿਆ ਜਾਵੇ ਤਾਂ ਹੁਣ ਵੀ ਦੇਖੋ ਤੁਸੀਂ ਉਮਰਾਂ ਹੁਣ ਕੰਟਰੋਲ ਹੋਈ ਹੈ ਬਹੁਤ ਫਰਕ ਪੈ ਗਿਆ ਜੀ ਕਹਿੰਦੇ ਹੁਣ ਮੇਰਾ ਖਿਆਲ ਜਿਹੜੀ 50-60 ਸਾਲ ਦਾ ਬੰਦਾ ਮਰ ਜਾਂਦਾ ਸੀ ਹੁਣ 80 ਸਾਲ ਦੇ ਬੰਦੇ ਲੈਕਚਰ ਦੇ ਰਹੇ 1900 ਮੇਰਾ ਖਿਆਲ 2 ਦੇ ਵਿੱਚ ਜਿਹੜਾ ਅਮਰੀਕਾ ਦਾ ਸੈਂਸਸ ਹੋਇਆ ਸੀ ਉਹਦੇ ਵਿੱਚ ਐਵਰੇਜ ਏਜ 45 ਸੀ ਅਮਰੀਕਾ ਦੀ ਇੰਡੀਆ 'ਚ ਤਾਂ ਬਹੁਤ ਪਿੱਛੇ ਸੀਗੀ ਜਾ ਕੇ ਔਰ ਉਹ ਅੱਜ ਜਿਹੜੀ ਹੈਗੀ 80 ਤਾਂ ਹੈਗੀ ਨਾ ਜੀ ਸੋ ਸਮਝੋ 100 ਸਾਲ ਜਾਂ ਇੰਨੇ ਸਾਲ ਦੇ ਵਿੱਚ ਬੰਦੇ ਦੀ ਉਮਰ ਜਿਹੜੀ ਜੇ ਦੁੱਗਣੀ ਨਹੀਂ ਤਾਂ ਨੇੜੇ ਤੇੜੇ ਹੋ ਗਈ ਪਰ ਹੁਣ ਇਹ ਮੈਂ ਸ਼ੋਰ ਹਾਂ ਵੀ ਅਗਲੀ ਦੁੱਗਣੀ ਹੋਣ ਦੇ ਲਈ 100 ਸਾਲ ਨਹੀਂ ਲੱਗਣਾ ਹੁਣ ਵਿਗਿਆਨ ਦਾ ਵਿਕਾਸ ਬਹੁਤ ਹੁਣ ਜਿਹੜੇ ਇੱਕ ਥਾਂ ਮੈਂ ਪੜ੍ਹਿਆ ਸੀ ਉਹ ਕਹਿੰਦੇ ਵੀ ਜਿਹੜੇ ਬੱਚੇ ਨੇ 200 ਸਾਲ ਤੱਕ ਜੀਣਾ ਉਹ ਪੈਦਾ ਹੋ ਚੁੱਕਾ ਹੁਣ ਹਾਂ ਹੋਇਆ ਹੋ ਚੁੱਕਾ ਉਹ ਇਹ ਜਿਹੜੀ ਹੁਣ ਬੱਚੇ ਭਾਈ 2-2 ਸਾਲ ਤੱਕ ਜਾਣੇ ਆ ਇੰਨਾ ਕੁਝ ਇੰਨਾ ਤੇਜ਼ੀ ਦੇ ਨਾਲ ਜਿਹੜੀਆਂ ਜੀਨਸ ਵਗੈਰਾ ਦੀਆਂ ਰਿਸਰਚ ਜਿਹੜੀਆਂ ਆ ਰਹੀਆਂ ਅੱਗੇ ਜਾ ਕੇ ਔਰ ਮੈਂ ਪਿਛਲੇ ਹਫ਼ਤੇ ਪੜ੍ਹ ਰਿਹਾ ਸੀ ਵੀ ਜਿਹੜੀ ਹੁਣ ਜਿਹੜੇ ਤੁਸੀਂ 100 ਸਾਲ ਜਾਂ 150 ਸਾਲ ਵਾਲੀ ਜਨਰੇਸ਼ਨ ਪੈਦਾ ਹੋ ਚੁੱਕੀ ਆ ਉਹਨਾਂ ਦੇ ਜਿਹੜੇ ਪਿਛਲੇ 20-25-50 ਸਾਲ ਹੋਣੇ ਆ ਉਹ ਇਸ ਤਰ੍ਹਾਂ ਨਹੀਂ ਹੋਣੇ ਕਿ ਅਲਜ਼ਾਈਮਰ ਵਾਲੇ ਆ ਭੁੱਲ ਗਏ ਉਹ ਕਹਿੰਦੇ ਉਹ ਫਿੱਟ ਅਤੇ ਸ਼ਾਰਪ ਹੋਣੇ ਆ ਹਾਂਜੀ ਔਰ ਉਹ ਤੁਰਦੇ ਫਿਰਦੇ ਰਹਿਣੇ ਆ ਹੈਲਥੀ ਰਹਿਣੇ ਆ
ਐਨਕ ਵੀ ਨਹੀਂ ਲੱਗਣੀ ਔਰ ਇਸ ਤਰ੍ਹਾਂ ਦਾ ਇੰਤਜ਼ਾਮ ਹੋ ਜਾਣਾ ਬਹੁਤ ਕੁਛ ਹੋ ਰਿਹਾ ਔਰ ਉਹਨਾਂ ਦੇ ਜਿਹੜੇ ਦੰਦ ਵੀ ਇਹੀ ਰਹਿਣੇ ਆ ਔਰ ਜੇ ਉਹਨਾਂ ਨੂੰ ਬਦਲਣੇ ਵੀ ਪਏ ਤਾਂ ਉਹ ਇਹਨਾਂ ਨੂੰ ਬੈਟਰ ਆਉਣੇ ਬੈਟਰ ਬੈਟਰ ਹੋਈ ਜਾਂਦੇ ਆ ਇਹ ਮੈਂ ਇਹ ਸੁਣ ਰਿਹਾ ਬਹੁਤ ਕੁਛ ਹੋਈ ਜਾਂਦਾ ਇਸ ਕਰਕੇ ਜਿਹੜੇ ਬੰਦੇ ਜਿਹੜੇ ਖਾਸ ਤੌਰ 'ਤੇ ਮੈਂ ਤਾਂ ਇਹੀ ਸਮਝਦਾ ਵੀ ਸਾਰੇ ਹੀ ਸਿਹਤ ਦਾ ਵੀ ਖਿਆਲ ਇਸ ਕਰਕੇ ਰੱਖਣਾ ਚਾਹੀਦਾ ਵੀ ਹੁਣ ਮਰਨ ਵਾਲੀ ਗੱਲ ਘੱਟ ਸੋਚੋ ਜਾ ਕੇ ਮਰਨ ਵਾਲੀ ਘੱਟ ਜਿਹੜਾ ਕਹਿੰਦੇ ਵੀ ਹੁਣ ਆਖਰੀ ਟਾਈਮ ਆ ਗਿਆ ਆਖਰੀ ਮਰਨ ਵਾਲੀ ਗੱਲ ਸੋਚਣ ਵਾਲੀ ਘੱਟ ਸੋਚੋ ਅਜੇ ਤੱਕ ਤਾਂ ਠੀਕ ਹੈ ਵੀ ਮਰਨ ਵਾਲੀ ਗੱਲ ਹੈਗੀ ਆ ਪਰ ਇੰਨੀ ਗੱਲ ਅੱਗੇ ਵਾਲੀ ਨਹੀਂ ਵੀ ਜਿੱਦਾਂ ਜਿੱਦਾਂ ਤੁਸੀਂ ਪਹਿਲਾਂ ਕਿਹਾ ਅੱਗੇ ਹੁਣ ਜੇ ਅਸੀਂ ਛੋਟੇ ਛੋਟੇ ਸੀ ਉਸ ਵੇਲੇ ਤਾਂ ਜਿਹਦੀ ਉਮਰ 50 ਸਾਲ ਦੀ ਹੋ ਜਾਂਦੀ ਸੀ ਉਹ ਕਹਿੰਦੇ ਸੀ ਹੁਣ ਇਹ 50 ਸਾਲ 'ਤੇ ਗਿਆ ਨਾ ਨਾ 45-50 ਸਾਲ ਦਾ ਬੰਦਾ ਲੱਕੜੀਆਂ ਪੜਵਾ ਕੇ ਆਪਣੇ ਵਿਹੜੇ 'ਚ ਰੱਖ ਲੈਂਦਾ ਸੀ ਵੀ ਜੀ ਮੈਂ ਮਰਨਾ ਤਾਂ ਲੱਕੜੀਆਂ ਪਾ ਦਿਓ ਥਿੰਦ ਸਾਹਿਬ ਜਿਹੜੇ ਪੁਰਾਣੇ ਸ਼ਾਸਤਰ ਵੀ ਆਪਣੇ ਉਹਨਾਂ ਸ਼ਾਸਤਰਾਂ ਦੇ ਵਿੱਚ ਵੀ ਗ੍ਰਸਤ 25 ਤੋਂ 50 ਤੱਕ ਲਿਖਿਆ ਗਿਆ ਵੀ 50 ਤੋਂ 50 ਤੱਕ ਜੋ ਤੁਸੀਂ ਕਰਨਾ ਕਰ ਲਓ ਗਾਹਾਂ ਉਹ ਤੋਂ ਬਾਅਦ ਫਿਰ ਸੰਨਿਆਸ ਵਗੈਰਾ ਜੋ ਤੁਸੀਂ ਹੈਗਾ ਜਾਂ ਇੱਕ ਹੋਰ ਆਸ਼ਰਮੇ ਵਿੱਚ ਇਹਦੇ ਬਾਨਪ੍ਰਸਤ ਅੱਜ 50 ਸਾਲਾਂ ਦੀਆਂ ਕਈ ਔਰਤਾਂ ਸ਼ਾਦੀ ਕਰਵਾ ਲਈਆਂ ਅੱਜ ਤਾਂ ਬਦਲ ਗਿਆ ਸਮੇਂ ਜੀ ਬਦਲ ਗਏ ਹੁਣ ਜੇ ਤੁਸੀਂ ਕਹਿੰਦੇ ਆ ਜਾ ਕੇ ਕੋਈ ਵੀ ਇੱਦਾਂ ਨਹੀਂ ਹੈ ਬੁੜੇ ਦੀ ਗੱਲ ਜਾ ਕੇ ਤੁਸੀਂ ਕਹਿੰਦੇ ਆ ਕੋਈ ਹੁਣ ਜਿਸ ਵੇਲੇ ਕਿਸੇ ਦੀ 80 ਸਾਲ ਦੇ ਵਿੱਚ ਡੈਥ ਹੋ ਗਈ ਤਾਂ ਬੰਦੇ ਆਮ ਕਰਦੇ ਆ ਵੀ ਬਹੁਤੀ ਤਾਂ ਨਸੀ ਆ ਉਮਰ ਜਾ ਕੇ ਇਹ ਗੱਲ ਹੋ ਗਈ ਉਹ ਵਧਣ ਲੱਗ ਪਿਆ ਅੱਛਾ ਮੇਰੇ ਅੰਤ ਵਿੱਚ ਆਪਾਂ ਇਹਨੂੰ ਥੋੜ੍ਹਾ ਵਾਇੰਡ ਅਪ ਕਰ ਲਈਏ ਜੀ ਅਤੇ ਇੱਕ ਉਹਦੇ ਵਿੱਚ ਮੈਂ ਵੀ ਇਸੇ ਹੀ ਵਿਚਾਰ ਦਾ ਹੈਗਾ ਜੀ ਵੀ ਸੋ ਫਾਰ ਸਾਡੇ ਕੋਲ ਗਿਆਨ ਹੈ ਨਹੀਂ ਅਗਲੀ ਲਾਈਫ ਹੈਗੀ ਜਾਂ ਨਹੀਂ ਹੈਗੀ ਜੀ ਇਹਦੇ ਉੱਤੇ ਜਿਹੜਾ ਹੈਗਾ ਪੱਕੇ ਤੌਰ 'ਤੇ ਅਸੀਂ ਕੁਛ ਨਹੀਂ ਕਹਿ ਸਕਦੇ ਜਾ ਕੇ ਠੀਕ ਹੈ ਨਾ ਅਸੀਂ ਕੁਛ ਨਹੀਂ ਧਾਰਮਿਕ ਵਿਸ਼ਵਾਸ ਹੈਗੇ ਧਾਰਮਿਕ ਵਿਸ਼ਵਾਸ ਹੈਗੇ ਅਸੀਂ ਇੱਕ ਦਿਨ ਉੱਠਾਂਗੇ ਵਿਸ਼ਵਾਸ ਹੈਗੇ ਕਿਆਮਤ ਆਏਗੀ ਹੈਗੇ ਆਪਣੇ ਕੁਛ ਨਹੀਂ ਹੋਣਾ ਆਪਣੇ ਸੋਲ ਆ ਆਤਮਾ ਆ 84 ਲੱਖ ਆ ਜਾਂ ਕੁਛ ਜਾਣਾ ਉਹ ਆਪਣੇ ਆਪਣੇ ਹੈਗੇ ਆ 84 ਲੱਖ ਦਾ ਵੀ ਹੈ ਹਾਂ 84 ਲੱਖ ਉਹ ਉਹਨਾਂ ਨੂੰ ਮੁਬਾਰਕ ਹੋਗੇ ਚੰਗੇ ਕਰਮ ਕਰੋਗੇ ਤੁਸੀਂ ਚੰਗੇ ਥੇ ਜਾ ਇੱਕ ਚੀਜ਼ ਮੈਂ ਸਮਝਦਾ ਵੀ ਜੇ ਚਲੋ ਧਾਰਮਿਕ ਬੰਦਿਆਂ ਦੀ ਗੱਲ ਵੀ ਮੰਨ ਲਈਏ ਇੱਕ ਮੈਂ ਸਮਝਦਾ ਵੀ ਜਾ ਕੇ ਵੀ ਇਹ ਉਹ ਕਹਿੰਦੇ ਵੀ ਚੰਗੇ ਕੰਮ ਕਰਨ ਵਾਲੇ ਤੁਸੀਂ ਸੁਰਗ ਜਾਣਾ ਇਹ ਗੱਲ ਪੱਕੀ ਆ ਵੀ ਚੰਗੇ ਕੰਮ ਕਰਨ ਵਾਲਿਆਂ ਨਰਕ 'ਚ ਨਹੀਂ ਜਾਣਾ ਜੇ ਉਹਨਾਂ ਦੀ ਗੱਲ ਵੀ ਮੰਨ ਲਈਏ ਮਾੜੇ ਕੰਮ ਕਰਨ ਵਾਲਿਆਂ ਸੁਰਗ 'ਚ ਨਹੀਂ ਜਾਣਾ ਸੋ ਬੈਟਰ ਆ ਵੀ ਚੰਗੇ ਕਰ ਲੈਣੇ ਚਾਹੀਦੇ ਉਹਨਾਂ ਦੇ ਮੁਤਾਬਕ ਜਿਹੜੇ ਹੈਗੇ ਆ ਨਹੀਂ ਉਹ ਪ੍ਰੇਰਨਾ ਦੇ ਰਿਹਾ ਚੰਗੇ ਕੰਮ ਕਰਨ ਲਈ ਹਾਂ ਡਰਾਵਾ ਜਿਹੜਾ ਸੀ ਇਹੀ ਸੀ ਕਿ ਨਰਕਾਂ ਦੀ ਅੱਗ 'ਚ ਸੜੋਗੇ ਤੁਹਾਨੂੰ ਤਕਲੀਫ ਪਹੁੰਚੇਗੀ ਇੱਥੋਂ ਵੀ ਸਿੰਘ ਸਾਹਿਬ ਜੇ ਹੁਣ ਆਪਾਂ ਫਿਰ ਉੱਥੇ ਮੁੜ ਕੇ ਆ ਜਾਂਦੇ ਹਾਂ ਵੀ ਉਹ ਹੈ ਜਾਂ ਨਹੀਂ ਹੈ ਪਰ ਇੱਕ ਚੀਜ਼ ਸਰਟਨ ਹੈਗੀ ਆ ਪੱਕੀ ਵੀ ਆਹ ਲਾਈਫ ਹੈ ਆਹ ਲਾਈਫ ਤਾਂ ਸੱਚ ਹੈ ਨਾ ਜਿਹੜੀ ਆਪਾਂ ਜੀ ਰਹੇ ਇਹਦੇ ਬਾਰੇ ਮੈਂ ਹੋਰ ਗੱਲ ਕਰਨਾ ਚਾਹੁੰਦਾ ਵਪਾਰਕ ਸੰਦੇਸ਼ ਦੇ ਪਿੱਛੋਂ ਸਰ ਤੁਸੀਂ ਗੱਲ ਕਰ ਰਹੇ ਸੀ ਇਸ ਰੋਸ਼ਨੀ ਦੇ ਵਿੱਚ ਜਿਹੜੀ ਤੁਸੀਂ ਜ਼ਿੰਦਗੀ ਅਤੇ ਮੌਤ ਦੀ ਗੱਲ ਕੀਤੀ ਆ ਇਹਦੇ ਵਿੱਚ ਹੁਣ ਦੀ ਵਰਤਮਾਨ ਦੀ ਪ੍ਰੈਜ਼ੈਂਟ ਦੀ ਦੇਖੋ ਹੁਣ ਕੀ ਹੋਣਾ ਵਿਗਿਆਨ ਨੇ ਕੀ ਤਰੱਕੀ ਕਰਨੀ ਆ ਐਵਰੇਜ ਉਮਰ ਬਹੁਤ ਵੱਧ ਰਹੀ ਆ ਪਰ ਫਿਰ ਵੀ ਮੈਂ ਮਹਿਸੂਸ ਕਰ ਰਿਹਾ ਕਿ ਈਵਨ ਸਮੇਤ ਮੇਰੇ ਆਪਣੇ ਯੂਨੋ ਸਾਨੂੰ ਜਾਗਰਤੀ ਹੋਣ ਦੇ ਬਾਵਜੂਦ ਵੀ ਵਰਤਮਾਨ ਦਾ ਅਸੀਂ ਪੂਰਾ ਫਾਇਦਾ ਨਹੀਂ ਲੱਜ਼ਤ ਨਹੀਂ ਲੈ ਰਹੇ ਜ਼ਿੰਦਗੀ ਦੀ ਜਿਹੜਾ ਵਰਤਮਾਨ ਦੀ ਆਪਾਂ ਗੱਲ ਕਰਦੇ ਹਾਂ ਇੱਕ ਵਾਰ ਮੇਰੇ ਖਿਆਲ ਕਈ ਵਾਰ ਕੀਤੀ ਹੋਣੀ ਗੱਲ ਮੈਨੂੰ ਵੀ ਹੁਣ ਭੁੱਲ ਜਾਂਦਾ ਪਹਿਲਾਂ ਕੀਤੀ ਫਿਰ ਵੀ ਇੱਕ ਵਾਰ ਹੁਣ ਬਰਟਨ ਰਸਲ ਤੋਂ ਇਹ ਪੁੱਛਿਆ ਇਹ ਗਿਆ ਜੀ ਵੀ ਕਾਮਯਾਬ ਇਨਸਾਨ ਕੌਣ ਹੁੰਦਾ ਕਿੰਨੀਆਂ ਬਿਲਡਿੰਗਾਂ ਵਾਲਾ ਕਿੰਨੀ ਕਾਮਯਾਬ ਉਹਨਾਂ ਦਾ ਇੱਕੋ ਹੀ ਜਵਾਬ ਸੀ ਉਹ ਕਹਿੰਦੇ ਹੈਪੀ ਮੈਨ ਇਜ਼ ਅ ਸਕਸੈਸਫੁਲ ਮੈਨ ਜਿਹੜਾ ਬੰਦਾ ਖੁਸ਼ ਰਹਿੰਦਾ ਉਹ ਸਕਸੈਸਫੁਲ ਹੈ ਬਸ ਹੋਰ ਕੋਈ ਗੱਲ ਨਹੀਂ ਇੱਕੋ ਹੀ ਚੀਜ਼ ਸੀਗੀ ਅੱਛਾ ਹੁਣ ਆਪਣਾ ਦੇਖਿਆ ਜਾਵੇ ਤਾਂ ਆਪਣੀ ਸਾਰੀ ਦੌੜ ਜਿਹੜੀ ਹੈਗੀ ਹੈਪੀ ਰਹਿਣ ਦੇ ਲਈ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਸਾਰੀ ਉਮਰ ਅਸੀਂ ਸੁੱਖ ਦੇ ਪਿੱਛੇ ਜਾਂਦੇ ਹਾਂ ਦੁੱਖ ਤੋਂ ਅਸੀਂ ਦੂਰ ਜਾਂਦੇ ਹਾਂ ਖੁਸ਼ੀ ਲਈ ਸਭ ਕੁਛ ਅਸੀਂ ਕਰਦੇ ਹਾਂ ਦੇਖਦੇ ਠੀਕ ਹੈ ਨਾ ਜੀ ਉਹ ਜਿਹੜੀ ਹੈਗੀ ਆ ਅੱਛਾ ਉਹ ਖੁਸ਼ੀ ਦੇ ਲਈ ਮੈਂ ਕੁਛ ਗੱਲ ਇੱਕ ਦੋ ਗੱਲਾਂ ਹੋਰ ਮੇਰੇ ਦਿਮਾਗ 'ਚ ਆਈਆਂ ਸੀ ਵੀ ਜਿਸ ਵੇਲੇ ਅਸੀਂ ਕਿਸੇ ਨਾਲ ਝਗੜਿਆ ਵੀ ਕਰਦੇ ਹਾਂ ਸਾਨੂੰ ਦੁੱਖ ਹੁੰਦਾ ਜੀ ਖੁਸ਼ੀ ਨਹੀਂ ਹੁੰਦੀ ਹੈ ਥੋੜ੍ਹੇ ਚੱਲੇ ਹੁੰਦੀ ਹੋ ਗਈ ਜਾ ਕੇ ਹੁਣ ਅਸੀਂ ਉਹ ਬੰਦੇ ਨੂੰ ਗਲਤ ਸਮਝਦੇ ਹਾਂ ਜੀ ਉਹ ਕਈ ਵਾਰ ਇੱਦਾਂ ਹੁੰਦਾ ਵੀ ਬੰਦਾ ਸੇਮ ਹੀ ਹੁੰਦਾ ਸਾਡਾ ਐਟੀਚਿਊਡ ਬਦਲ ਜਾਂਦਾ ਉਹਦੇ ਨਾਲ ਬੰਦਾ ਤਾਂ ਉਹੀ ਹੁੰਦਾ ਹੋ ਜਾ ਕੇ ਕਿਸੇ ਸਮੇਂ ਉਹ ਹੀ ਬੰਦਾ ਸਾਨੂੰ ਬਹੁਤ ਚੰਗਾ ਲੱਗਦਾ ਹੁੰਦਾ ਕਿਸੇ ਸਮੇਂ ਸਾਨੂੰ ਉਹ ਬੰਦਾ ਬਹੁਤ ਮਾੜਾ ਲੱਗਣ ਲੱਗ ਪੈਂਦਾ ਜਾ ਕੇ ਉਹ ਚੇਂਜ ਹੋ ਜਾਂਦਾ ਚੇਂਜ ਤਾਂ ਹਰ ਜਗ੍ਹਾ ਹੀ ਆ ਕੇ ਦੇਖੋ ਹੁਣ ਜਿੱਦਾਂ ਮੈਂ ਗੱਲ ਕੀਤੀ ਸੀ ਜੀ ਵੀ ਇੱਦਾਂ ਮੁਹੱਬਤ ਹੋ ਗਈ ਮੈਂ ਸ਼ਾਦੀ ਕਰ ਲਈ ਠੀਕ ਹੈ ਉਹ ਠੀਕ ਹੈ ਬੜੀ ਵਧੀਆ ਜਾ ਰਹੀ ਹੈ ਸ਼ਾਦੀ ਬਹੁਤ ਹੈਪੀ ਆ ਮੈਂ ਜਾ ਕੇ ਪਰ ਉਹਦੇ ਵਿੱਚ ਚੇਂਜਿਸ ਤਾਂ ਹੈਗੇ ਨਾ ਜੀ ਜਾਂ ਹੋਰ ਨੇੜਤਾ ਵੱਧ ਜਾਂਦੀ ਹੈ ਜਾਂ ਕਈ ਦੂਰ ਹੋ ਜਾਂਦੇ ਕਈ ਹੋਰ ਨੇੜਤਾ ਹੋ ਜਾਂਦੀ ਹੈ ਉਹਦੇ ਵਿੱਚ ਜਾ ਕੇ ਇੱਕ ਬਹੁਤ ਜ਼ਰੂਰੀ ਗੱਲ ਮੈਂ ਇੱਕ ਨੋਟ ਕੀਤੀ ਹੈ ਜੀ ਉਹਦੇ 'ਤੇ ਧਿਆਨ ਜ਼ਰੂਰ ਰੱਖਣਾ ਚਾਹੀਦਾ ਵੀ ਕਿਸੇ ਬੰਦੇ ਨੂੰ ਆਪਣੇ ਆਪ ਨਾਲੋਂ ਬੜਾ ਨਾ ਸਮਝੋ ਜੀ ਇਹ ਬਹੁਤ ਜ਼ਰੂਰੀ ਗੱਲ ਹੈ ਜੀ
ਆਪਣੇ ਆਪ ਨਾਲੋਂ ਬੜਾ ਨਾ ਸਮਝੋ ਜਾ ਕੇ, ਆਪਣੇ ਆਪ ਨਾਲੋਂ ਡਿਫਰੈਂਟ ਸਮਝ ਸਕਦੇ ਹੋ ਤੁਸੀਂ ਜਾ ਕੇ। ਹੁਣ ਸਾਡੇ ਇਹ ਜਿਹੜਾ ਇਹ ਬਹੁਤ ਇਸ ਸਮਾਜ ਵਿੱਚ ਘੱਟ ਆ, ਇਸ ਸਮਾਜ ਵਿੱਚ ਘੱਟ ਆ, ਪਰ ਜਿੱਥੋਂ ਅਸੀਂ ਰੇਜ਼ ਹੋ ਕੇ ਆਏ ਹਾਂ ਉੱਥੇ ਇਹ ਗੱਲ, ਇਹ ਗੱਲ ਬਹੁਤ ਹੈ। ਅਸੀਂ ਤਾਂ ਛੋਟੇ ਬੰਦੇ ਆ, ਤੁਸੀਂ ਵੱਡੇ ਬੰਦੇ, ਬੜੇ ਬੰਦੇ ਆ ਜਾ ਕੇ। ਇਹਦੀ ਗੱਲ ਮੈਂ ਇਹ ਨਹੀਂ ਕਹਿੰਦਾ ਵੀ ਉਹਦੇ ਜਿਹੜੇ ਗੁਣੇ ਉਹਦੀ ਰਿਸਪੈਕਟ ਨਾ ਕਰੋ, ਉਹਦਾ ਰਿਗਾਰਡ ਨਾ ਕਰੋ, ਜ਼ਰੂਰ ਕਰੋ ਜਾ ਕੇ ਜਿਹੜਾ, ਪਰ ਉਹਨੂੰ ਬੜਾ ਸਮਝਣ ਵਾਲੀ ਗੱਲ ਨਹੀਂ ਹੈ। ਉਹਦੇ 'ਚ ਦੇਖੋ ਜਿਵੇਂ ਤੁਸੀਂ ਸਮਝਦੇ ਹੋ, ਮੇਰਾ ਖਿਆਲ ਇਸ ਤਰ੍ਹਾਂ ਨਹੀਂ, ਉਹ ਹੀਣਤਾ ਭਾਵ ਨਾਲ ਨਹੀਂ, ਸਗੋਂ ਆਪਣੇ ਆਪ ਨੂੰ ਮੋਡੈਸਟ ਕਹਿੰਦੇ ਆ ਉਹ ਆਪਣੇ ਆਪ ਨੂੰ। ਸਾਨੂੰ ਤਾਂ ਗ੍ਰੰਥਾਂ ਦੇ ਵਿੱਚ ਵੀ ਇਹੀ ਸਿਖਾਇਆ ਗਿਆ ਕਿ ਮੈਂ ਤਾਂ ਕੂਕਰ ਹਾਂ, ਤੁਸੀਂ ਵੱਡੇ ਹੋ, ਮੈਂ ਤਾਂ ਬਿਲਕੁਲ ਨਿਕੰਮਾ, ਤੁਸੀਂ ਸ਼ਾਨਦਾਰ ਹੋ, ਮੈਂ ਬਿਲਕੁਲ ਫਜ਼ੂਲ ਹਾਂ, ਤੁਸੀਂ ਵਧੀਆ ਹੋ। ਉਹ ਆਪਣੇ ਆਪ ਨੂੰ ਨੀਵਾਂ ਦਿਖਾਉਣ ਲਈ, ਹੰਬਲ ਰੱਖਣ ਲਈ। ਦੇਖੋ ਮੈਂ ਤੁਹਾਨੂੰ ਦੱਸ ਦਿੰਦਾ ਕਿਹਾ ਹੈ ਰੱਬ ਦੇ ਸੰਬੰਧ ਵਿੱਚ, ਕਹਿੰਦੇ ਉਹ ਤਾਂ ਧਾਰਮਿਕ ਵਿਸ਼ਵਾਸ ਹੈ, ਜੁਦੀ ਗੱਲ ਹੈ, ਠੀਕ ਹੈ। ਇੱਕ ਮੈਂ ਤੁਹਾਨੂੰ ਦੱਸ ਦਿੰਦਾ ਜਾ ਕੇ ਥਿੰਦ ਸਾਹਿਬ, ਇੱਕ ਮੇਰੀ ਗੱਲ ਇਹ ਜ਼ਰੂਰ ਦਿਮਾਗ ਦੇ ਵਿੱਚ ਰੱਖ ਲੈਣੀ ਚਾਹੀਦੀ ਆ, ਜੇ ਆਪਾਂ ਆਪਣੇ ਆਪ ਤੋਂ ਕਿਸੇ ਨੂੰ ਬੜਾ ਸਮਝਾਂਗੇ ਤਾਂ ਫਿਰ ਛੋਟਾ ਵੀ ਸਮਝਾਂਗੇ। ਇਹ ਸਾਈਕੋਲੋਜੀ ਆ ਮਨੁੱਖ ਦੀ। ਜਿਹੜਾ ਬੰਦਾ ਦੂਜੇ ਨੂੰ ਕਿਸੇ ਨੂੰ ਆਪਣੇ ਕਿਸੇ 'ਤੇ ਜਾ ਕੇ ਗੋਡੀ ਹੱਥ ਲਾਉਂਦਾ ਆ, ਉਹ ਫਿਰ ਲਵਾਉਂਦਾ ਵੀ ਆ, ਜਿਹੜਾ ਉਹਦਾ ਉਹ ਤੋਂ ਹੇਠਾਂ ਆ ਜਾ ਕੇ। ਇਹ ਤਾਂ ਗੱਲ ਠੀਕ ਹੈ। ਹਾਂ, ਸੋ ਬੈਟਰ ਗੱਲ ਆ, ਬੜਾ ਕਿਸੇ ਨੂੰ ਨਾ ਸਮਝੋ, ਛੋਟਾ ਕਿਸੇ ਨੂੰ ਨਾ ਸਮਝੋ, ਇਹ ਸਮਝੋ ਇੰਸਟਿੰਕਟਿਵਲੀ ਇਹ ਸਾਰੇ ਇੱਕੋ ਜਿਹੇ ਹਾਂ ਆਪਾਂ। ਸਾਨੂੰ ਸਾਰਿਆਂ ਨੂੰ ਗੁੱਸਾ ਆਉਂਦਾ, ਸਾਡੇ ਸਾਰਿਆਂ ਵਿੱਚ ਸੈਕਸ ਆ, ਅਸੀਂ ਸਾਰੇ ਵਰੀ ਕਰਦੇ ਹਾਂ, ਸਾਡੇ ਸਾਰਿਆਂ ਵਿੱਚ ਐਂਗਰ ਆ, ਸਾਡੇ ਸਾਰਿਆਂ ਵਿੱਚ ਜੈਲਸੀ ਆ, ਹੇਟਰਡ ਆ, ਨਫ਼ਰ, ਸਾਰੀਆਂ ਇੰਸਟਿੰਕਟਾਂ, ਅਸੀਂ ਸਾਰੇ ਆਪਣੇ ਔਲਾਦ ਨੂੰ ਪਿਆਰ ਕਰਦੇ, ਇਹ ਇੰਸਟਿੰਕਟ ਸਾਰਿਆਂ ਵਿੱਚ ਹੀ ਹੈ। ਇੱਕ ਬੰਦਾ ਮੈਨੂੰ ਇੱਥੇ ਮਿਲਿਆ ਇੱਕ ਵਾਰ, ਮੈਨੂੰ ਉਹ ਕਹਿੰਦੇ, ਉਹ ਆਪਣੇ ਜਿਹੜੇ ਆਪਣੇ ਪ੍ਰਾਈਮ ਮਿਨਿਸਟਰ ਆ, ਇਹਨਾਂ ਦੇ ਬੜੇ ਭਗਤ ਸੀ, ਉਹ ਕਹਿੰਦੇ ਉਹ ਬਹੁਤ ਬੜਾ ਬੰਦਾ, ਟੁੱਡੋ ਬਹੁਤ ਬਹੁਤ ਬੜਾ ਬੰਦਾ, ਉਹ ਤਾਂ ਕਹਿੰਦੇ ਜੀ ਉਹ ਤਾਂ ਉਹਨੂੰ ਸਭ ਕੁਛ ਪਤਾ। ਮੈਂ ਉਹਨਾਂ ਨੂੰ ਕਿਹਾ, ਮੈਂ ਕਹਿੰਦਾ ਇੱਦਾਂ ਨਹੀਂ ਹੈ ਵੀ ਉਹ ਡਿਫਰੈਂਟ ਆ, ਉਹ ਆਪਣੀ ਜੋਬ ਕਰਦੇ ਆ, ਉਹ ਸਭ ਨਾਲੋਂ ਬੜਾ, ਉਹ ਬੰਦਾ ਆਪ ਟਰੱਕ ਚਲਾਉਂਦਾ ਸੀ, ਉਹ ਕਹਿੰਦੇ ਜੀ ਉਹਨਾਂ ਨੂੰ ਸਭ ਕੁਛ ਪਤਾ। ਮੈਂ ਕਿਹਾ ਮੈਂ ਸਭ ਕੁਛ ਦੀ ਗੱਲ ਦੱਸਾਂ, ਉਹਨਾਂ ਨੂੰ ਤਾਂ ਮੇਰੇ ਖਿਆਲ ਪੰਜਾਬੀ ਬੋਲਣੀ ਵੀ ਨਹੀਂ ਆਉਂਦੀ, ਤੈਨੂੰ ਆਉਂਦੀ ਆ, ਉਹ ਪੰਜਾਬੀ ਲਿਖ ਨਹੀਂ ਸਕਦੇ, ਤੈਨੂੰ ਆਉਂਦੀ ਆ, ਔਰ ਟਰੱਕ ਬਿਜ਼ਨਸ ਬਾਰੇ, ਟਰੱਕ ਚਲਾਉਣ ਬਾਰੇ ਜਿੰਨੀ ਤੇਰੇ ਕੋਲ ਨੌਲੇਜ ਆ, ਉਹਦੇ ਕੋਲ ਉਨੀ ਨੌਲੇਜ ਉਹ ਟਰੱਕ ਵਾਲੀ ਹੈ ਨਹੀਂ ਜਾ ਕੇ। ਦੂਜੇ ਇੱਥੇ ਹੰਬਲ ਦੀ ਮੈਂ ਤੁਹਾਨੂੰ ਗੱਲ ਦੱਸਦਾ, ਬਹੁਤ ਦੇਰ ਦੀ ਗੱਲ ਆ, ਇੱਥੇ ਅਸੀਂ ਇੱਕ ਰੈਸਲਰ ਨੂੰ ਲੈ ਗਏ ਜੀ, ਉੱਥੇ ਕੁਸ਼ਤੀਆਂ ਦੇ ਵਿੱਚ, ਅੱਛਾ, ਕੁਸ਼ਤੀਆਂ ਵਿੱਚ ਲੈ ਗਏ ਜੀ, ਅਤੇ ਉਹ ਬੜਾ ਬਿਗ ਮੈਨ ਜਾ ਕੇ, ਤਾਂ ਉਹ ਮੈਂ ਇੱਕ ਖਲੀਫੇ ਨੂੰ ਮਿਲਾਇਆ ਉਹਨੂੰ, ਅੱਛਾ, ਅਤੇ ਉਹ ਖਲੀਫਾ ਬੜਾ ਖੁਸ਼ ਹੋਇਆ, ਉਹ ਮੁੰਡਾ ਵਰਲਡ 'ਚੋਂ ਸੈਕਿੰਡ ਸੀ ਜਿਹਨੂੰ ਮੈਂ ਲੈ ਗਿਆ ਸੀ, ਅਤੇ ਉਹ ਖਲੀਫਾ ਬੜਾ ਖੁਸ਼ ਹੋਇਆ ਵੀ ਮੈਂ ਵਰਲਡ ਦੇ ਨੰਬਰ 2 ਦੇ ਨਾਲ ਗੱਲ ਕਰ ਰਿਹਾ, ਅਤੇ ਉਹ ਗੱਲ ਕਰਦਾ ਕਰ ਮੈਂ ਟਰਾਂਸਲੇਟ ਕਰੀ ਜਾਵਾਂ, ਤਾਂ ਉਹ ਖਲੀਫਾ ਉਹਨੂੰ ਕਹਿੰਦਾ ਦੇਖੋ ਮੇਰੀ, ਮੈਂ ਤਾਂ ਜੀ ਅਨਪੜ੍ਹ ਆਦਮੀ ਹਾਂ, ਅਤੇ ਮੈਨੂੰ ਤਾਂ ਕੁਛ ਪਤਾ ਨਹੀਂ ਹੈ, ਮੈਨੂੰ ਤਾਂ ਅੰਗਰੇਜ਼ੀ ਆਉਂਦੀ ਨਹੀਂ ਹੈ। ਉਹ ਕਹਿੰਦੇ ਨਹੀਂ, ਇਹ ਕੀ ਗੱਲ, ਮੈਨੂੰ ਪੰਜਾਬੀ ਨਹੀਂ ਆਉਂਦੀ, ਮੈਂ ਵੀ ਤੇਰੇ ਜਿੰਨੇ ਅਨਪੜ੍ਹ ਹਾਂ। ਫਿਰ ਕਹਿੰਦੇ ਉਹ ਮੁੰਡੇ ਨੇ ਕਿਹਾ, ਹਲਕਾ ਹੀ ਉਹ ਭਲਵਾਨ ਨੇ, ਕਹਿੰਦਾ ਉਹ ਤਾਂ ਇੱਕੋ ਹੀ ਗੱਲ ਹੈ, ਤੁਹਾਨੂੰ ਅੰਗਰੇਜ਼ੀ ਨਹੀਂ ਆਉਂਦੀ, ਮੈਨੂੰ ਪੰਜਾਬੀ ਨਹੀਂ ਆਉਂਦੀ ਹੈ, ਜਾਂ ਕਿ ਇੱਕੋ ਹੀ ਗੱਲ। ਹੁਣ ਅਸੀਂ ਇਹ ਸਮਝਦੇ ਹਾਂ ਵੀ ਜਿਹਨੂੰ ਅੰਗਰੇਜ਼ੀ ਆਉਂਦੀ ਹੁੰਦੀ ਉਹ ਬੜਾ ਆਦਮੀ ਹੈ, ਜਿਹਨੂੰ ਪੰਜਾਬੀ ਆਉਂਦੀ ਹੁੰਦੀ ਨਹੀਂ ਬੜਾ ਆਦਮੀ। ਸੋ ਇੱਦਾਂ ਹੈ ਨਹੀਂ ਹੈ। ਸੋ ਇਹ ਨਾ ਬੜਾ ਸਮਝਣ ਵਾਲੀ ਗੱਲ ਨਹੀਂ ਹੈ, ਇਹ ਨਾ ਕਿ ਜੇ ਬੜਾ ਆਪਾਂ ਕਿਸੇ ਨੂੰ ਸਮਝਣ ਲੱਗ ਪਏ ਤਾਂ ਫਿਰ ਆਪਾਂ ਛੋਟਾ ਵੀ ਸਮਝਣਾ ਕਿਸੇ ਨੂੰ, ਵੀ ਇਹ ਮੇਰੇ ਤੋਂ ਛੋਟਾ ਹੈ ਜਾ ਕੇ, ਇਹ ਗੱਲ ਇਹਦਾ ਧਿਆਨ ਜ਼ਰੂਰ ਰੱਖਣਾ। ਦੂਜਾ ਥਿੰਦ ਸਾਹਿਬ, ਮੈਨੂੰ ਲੱਗਦਾ ਬੰਦੇ ਦਾ ਅਸਲ ਪਤਾ ਉਦੋਂ ਲੱਗਦਾ ਜਦੋਂ ਕੋਈ ਉਹਦਾ ਖੰਡਨ ਕਰਦਾ, ਜਦੋਂ ਕੋਈ ਐਪਰੀਸ਼ੀਏਟ ਕਰਦਾ ਉਦੋਂ ਨਹੀਂ ਪਤਾ ਲੱਗਦਾ। ਬਿਲਕੁਲ, ਹੁਣ ਜਦ ਤੁਹਾਨੂੰ ਕੋਈ ਐਪਰੀਸ਼ੀਏਟ ਕਰਦਾ ਆ ਕੇ, ਤਾਂ ਉਸ ਵੇਲੇ ਬੜਾ ਆਦਮੀ ਨਾਈਸ ਬਣਦਾ, ਭਾਈ ਨਹੀਂ ਨਹੀਂ ਜੀ ਮੇਰੇ 'ਚ ਇਹ ਗੁਣ ਕਿੱਥੇ ਆ, ਹੱਥ ਜੋੜਦੇ ਆ, ਮੇਰੀ ਬੜੀ ਕਿਰਪਾ ਤੁਹਾਡੀ, ਮੇਰੇ 'ਚ ਇਹ ਗੁਣ ਨਹੀਂ। ਜਦ ਉਹਦਾ ਫਿਰ ਕੋਈ ਉਹਦੇ ਖਿਲਾਫ਼ ਉਹਦੇ ਖੰਡਨ ਕਰੋ ਨਾ, ਫਿਰ ਉੱਠ ਪੈਂਦਾ ਮੋਹਰਿਓਂ, ਉਸ ਵੇਲੇ ਦੇਖਣ ਵਾਲੀ ਗੱਲ ਹੈ ਵੀ ਉਹ ਆਪਣਾ ਕੂਲ ਕਿੰਨਾ ਰੱਖਦਾ, ਪੇਸ਼ੈਂਸ ਕਿੰਨਾ ਰੱਖਦਾ, ਕਿੰਨੀ ਉਹਦੇ ਆਪਣੀ ਬੁਰਾਈ ਸੁਣਨ ਦੀ ਸਮਰੱਥਾ ਕਿੰਨੀ ਆ ਬੰਦੇ ਵਿੱਚ। ਜਿੰਨੀ ਉਹਦੇ ਵਿੱਚ ਬੁਰਾਈ ਸੁਣਨ ਦੀ ਸਮਰੱਥਾ ਜ਼ਿਆਦਾ ਹੋਣੀ ਆ, ਉਨਾ ਹੀ ਉਹ ਬੈਲੈਂਸਡ ਆਦਮੀ ਮੇਰੇ ਖਿਆਲ 'ਚ ਹੋਣਾ ਜਾ ਕੇ। ਪਰ ਇੱਕ ਸੈਕਸ਼ਨ ਤਾਂ ਕਹਿੰਦੇ ਵੀ ਤਾਂ ਬੁਜ਼ਦਿਲ ਆ ਥਿੰਦ ਸਾਹਿਬ, ਬੁਜ਼ਦਿਲ ਇੱਦਾਂ ਆ, ਤੁਹਾਨੂੰ ਮੈਂ ਦੱਸ, ਦੇਖੋ ਮੈਂ ਅੱਗੇ ਵੀ ਇੱਕ ਵਾਰ ਆਪਾਂ ਇਹ ਗੱਲ ਕੀਤੀ ਸੀ, ਤੁਸੀਂ ਉਸ ਬੰਦੇ ਦਾ ਜਵਾਬ ਇਫੈਕਟਿਵਲੀ ਦੇਣ ਦੇ ਹੋਣ ਦੇ ਬਾ, ਉਹਨੂੰ ਨੁਕਸਾਨ ਪਹੁੰਚਾਉਣ ਦੇ ਯੋਗ ਹੁੰਦੇ ਹੋਏ ਨੁਕਸਾਨ ਨਾ ਪਹੁੰਚਾਉਣਾ, ਉਹ ਗੱਲ ਹੈ, ਨੁਕਸਾਨ ਨਾ ਪਹੁੰਚਾਉਣਾ ਉੱਥੇ ਆ। ਜਿਹੜਾ ਫਰਜ਼ ਕਰ ਲਓ ਹੁਣ ਜੇ ਇੱਕ ਪਿਊਨ ਜਿਹੜਾ ਬੜੀ ਨਿਮਰਤਾ ਰੱਖਦਾ ਆਪਣੇ ਬੌਸ ਦੇ ਮੋਹਰੇ, ਉਹਦੀ ਪੋਜੀਸ਼ਨ ਹੋ ਰਿਹਾ, ਕਿਉਂਕਿ ਉਹ ਤਾਂ ਡਰ ਰਿਹਾ ਇਸ ਗੱਲ ਦਾ ਜਾ ਕੇ ਵੀ ਮੈਨੂੰ ਇਹਨੇ ਕੱਢ ਦੇਣਾ ਜਾ ਕੇ, ਜਿੱਥੇ ਤੁਸੀਂ ਇਹ ਆ ਵੀ ਇਹ ਮੈਂ, ਤੁਸੀਂ ਨੁਕਸਾਨ ਉਹਨੂੰ ਪਹੁੰਚਾ ਸਕਦੇ ਹਾਂ, ਪਰ ਫਿਰ ਵੀ ਤੁਸੀਂ ਉਹਦੀ ਗੱਲ ਸੁਣਦੇ ਹਾਂ ਜਾ ਕੇ, ਔਰ ਨੁਕਸਾਨ ਨਹੀਂ ਪਹੁੰਚਾਉਂਦੇ ਉੱਥੇ, ਫਿਰ ਆਪਣਾ ਪਤਾ ਲੱਗਦਾ ਵੀ ਬੰਦਾ ਜਿਹੜਾ ਹੈਗਾ ਕਿਸੇ ਦਾ। ਇੱਕ ਵਾਰ ਡਾਕਟਰ ਮਨਮੋਹਨ ਸਿੰਘ ਹੁਣੀ ਮੇਰਾ ਖਿਆਲ ਕਹੀ ਸੀ ਵੀ ਜੇ ਕਿਸੇ ਨੂੰ ਬੰਦੇ ਨੂੰ ਦੇਖਣਾ ਹੋਵੇ, ਗਿਵ ਹਿਮ ਪਾਵਰ, ਉਹਨੂੰ ਪਾਵਰ ਦਿਓ, ਫਿਰ ਦੇਖੋ ਵੀ ਉਹ ਕਿੱਦਾਂ ਰਿਐਕਟ ਕਰਦਾ ਜਾ ਕੇ, ਫਿਰ ਉਹ ਕੀ ਕਰਦਾ ਜਾਂ ਪਾਵਰ ਕੋਲ, ਜਾਂ ਪਾਵਰ ਕੋਲ ਹੀ ਨਹੀਂ ਹੈ ਤਾਂ ਫਿਰ ਤਾਂ ਉਹਨੇ ਕੀ ਕਰਨਾ ਜਾ ਕੇ। ਇੱਥੇ
ਇੱਕ ਵਾਰ ਮੇਰਾ ਇਹ ਦੋ ਗੱਲਾਂ ਉਹਨੇ ਕਹੀਆਂ ਸੀ ਆਪਾਂ ਤੁਹਾਨੂੰ ਚੇਤਾ, ਦਲਾਇਲਾ ਮੈਨੂੰ ਸੁਣ ਗਏ ਸੀ, ਬੜੇ ਚਿਰ ਦੀ ਗੱਲ ਹੈ ਆਪਣੇ ਗੱਲ ਆ, ਇਹ ਜਿਹੜੀ ਪਹਿਲਾਂ ਆਪਾਂ ਗੱਲ ਕੀਤੀ ਉਹਦੇ 'ਤੇ ਮੈਨੂੰ ਯਾਦ ਭੁੱਲ ਗਿਆ, ਦਲਾਇਲਾ ਮੈਨੇ ਹੁਣ ਕਹੀ ਆ, ਥੋੜ੍ਹੀ ਚਿਰ ਹੋਇਆ ਗੱਲ ਜੀ, ਉਦੋਂ ਤਾਂ ਉਹਨੇ ਹੇਅਰ ਐਂਡ ਨਾਓ 'ਤੇ ਗੱਲ ਕੀਤੀ। ਹਾਂਜੀ, ਇਹ ਹੁਣ ਕਹੀ ਆ, ਉਹ ਕਹਿੰਦੇ ਜਿਹੜੀ ਗੱਲ ਵਿਗਿਆਨਕ ਨਹੀਂ ਹੈ ਉਹਨੂੰ ਨਾ ਮੰਨੋ। ਫਿਰ ਹੱਸਦਾ ਹੱਸਦਾ, ਇਹ ਜਿਹੜੀ ਗੱਲ ਵਿਗਿਆਨਕ ਨਹੀਂ ਹੈ ਉਹ ਸੱਚ ਨਹੀਂ ਹੈ, ਉਹਨੂੰ 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 ਨਾ ਮੰਨੋ ਤੁਸੀਂ। ਤਾਂ ਇੱਕ ਉਹਨੇ ਹੋਰ ਗੱਲ ਕਹੀ, ਉਹ ਕਹਿੰਦੇ ਵੀ ਦੋ ਸਿਚੁਏਸ਼ਨਾਂ ਆਉਂਦੀਆਂ, ਇੱਕ ਸਿਚੁਏਸ਼ਨ ਆਉਂਦੀ ਹੈ ਵਿੱਚ ਕੋਈ ਚੀਜ਼ ਗਲਤ ਹੋ ਰਹੀ ਹੈ, ਤੁਸੀਂ ਉਹਨੂੰ ਬਦਲਣਾ ਚਾਹੁੰਦੇ ਆ, ਉਹਨੂੰ ਬਦਲੋ ਕਹਿੰਦੇ, ਜੇ ਤੁਸੀਂ ਬਦਲ ਸਕਦੇ ਆ ਉਹਨੂੰ ਬਦਲੋ ਜੇ ਉਹ ਗਲਤ ਹੋ ਰਹੀ ਹੈ, ਜੇ ਤੁਸੀਂ ਬਦਲ ਨਹੀਂ ਸਕਦੇ ਫਿਰ ਆਪਣਾ ਐਟੀਚਿਊਡ ਬਦਲੋ ਉਹਦੇ ਵੱਲੋਂ, ਐਵੇਂ ਕੁੜਕੁੜ ਨਾ ਕਰਦੇ ਰਹੋ, ਫਿਰ ਇਹ ਨਾ ਹੋਵੇ ਬੈਠੇ ਹਰ ਵੇਲੇ ਦਿਮਾਗ 'ਤੇ ਲੈ ਕੇ ਉਹੀ ਚੀਜ਼ ਤੁਹਾਡੇ ਦਿਮਾਗ ਨੂੰ ਘੁੰਮੀ ਜਾਵੇ, ਜਾਂ ਉਹਦੇ ਬਾਰੇ ਫਿਰ ਐਟੀਚਿਊਡ ਬਦਲ ਲਓ। ਜੇ ਤੁਸੀਂ ਨਹੀਂ ਬਦਲ ਸਕਦੇ, ਜੇ ਬਦਲ ਸਕਦੇ ਤਾਂ ਬਦਲ ਦੇ, ਡੂ ਇਟ, ਤਾਂ ਜੇ ਨਹੀਂ ਕਰ ਸਕਦੇ ਤਾਂ ਫਿਰ ਐਟੀਚਿਊਡ ਬਦਲ ਲਓ, ਫਿਰ ਉਹ 'ਤੇ ਆਪਣੇ ਪਰੇਸ਼ਾਨ ਹੋਣ ਦੀ ਲੋੜ ਨਹੀਂ, ਜਾਂ ਫਰਗੈਟ ਕਰ ਜਾਓ ਜਾਂ ਕੁਛ ਵੀ ਕਰ ਜਾਓ ਜਾ ਕੇ। ਸੋ ਇਹ ਛੋਟੀ ਛੋਟੀਆਂ ਗੱਲਾਂ ਦਿਸਤਨ ਸਾਹਿਬ ਹੈਗੀਆਂ ਜ਼ਿੰਦਗੀ ਦੀਆਂ, ਇਹ ਜੀ ਕੇ ਪਤਾ ਲੱਗਦਾ, ਮੈਂ ਕਈ ਵਾਰ ਲੱਗਦਾ ਹਾਂ ਵੀ ਕਈ ਗੱਲਾਂ ਬਹੁਤੀ ਉਮਰ ਕਰਕੇ ਵੀ ਪਤਾ ਲੱਗ ਜਾਂਦਾ। ਸੋ ਕਈ ਵਾਰ ਬੰਦੇ ਯੰਗ ਮੈਨਾਂ ਨੂੰ ਮੈਂ ਤਾਂ ਕਹਿ ਦਿੰਦਾ ਹੁੰਦਾ ਵੀ ਕਮ ਸੇ ਕਮ ਤੁਸੀਂ ਉਹ ਗਲਤੀਆਂ ਨਾ ਕਰਿਓ ਜਿਹੜੀਆਂ ਮੈਂ ਕੀਤੀਆਂ ਜ਼ਿੰਦਗੀ 'ਚ। ਪਰ ਪ੍ਰੋਫੈਸਰ ਸਾਹਿਬ, ਜਿਹੜੀ ਉਹ ਤੁਸੀਂ ਗੱਲ ਦੱਸਣ ਲੱਗੇ ਸੀ ਵੀ ਇਵੈਂਚੁਅਲੀ ਤਾਂ ਜਿਹੜੀ ਗੇਮ ਆ ਉਹ ਇੱਥੇ ਜਾ ਕੇ ਖਤਮ ਹੁੰਦੀ ਆ ਕਿ ਖੁਸ਼ ਕੌਣ ਆ, ਖੁਸ਼ ਕੌਣ ਜ਼ਿੰਦਗੀ 'ਚ ਖੁਸ਼। ਇੱਕ ਵਾਰੀ ਬਲਦੇਵ ਦੂੜਾ, ਅਸੀਂ ਬੜੇ ਲੰਬੇ ਪ੍ਰੋਗਰਾਮ ਅਸੀਂ ਕੀਤੇ ਇਕੱਠੇ, ਬਲਦੇਵ ਮੈਨੂੰ ਕਹਿੰਦਾ, ਕਹਿੰਦਾ ਜਿਹੜੇ ਇਨਸਾਨ ਆ ਕਹਿੰਦਾ ਇਹ ਕੰਮ ਕਰਨ ਲਈ ਨਹੀਂ ਬਣੇ, ਆਨੰਦ ਮਾਣਨ ਲਈ ਬਣੇ ਆ, ਵੀ ਕੰਮ ਜ਼ਿੰਦਗੀ ਦੇ ਆਨੰਦ ਦੇ ਵਿੱਚ ਬਹੁਤ ਦੁਬਧਾ ਪਾਉਂਦਾ, ਕੰਮ ਦੇ ਚੱਕਰ ਦੇ ਵਿੱਚ ਤੁਸੀਂ ਜ਼ਿੰਦਗੀ ਜਿਉਣਾ ਹੀ ਭੁੱਲ ਜਾਂਦੇ ਹੋ, ਔਰ ਨਾ ਤੁਸੀਂ ਸਵੇਰ ਦੇਖਦੇ ਹੋ, ਨਾ ਸੂਰਜ ਚੜ੍ਹਦਾ ਦੇਖਦੇ ਹੋ, ਨਾ ਸ਼ਾਮ ਦੇਖਦੇ ਹੋ, ਨਾ ਬਾਰਿਸ਼ ਨੂੰ ਜਾਂ ਬੱਦਲਾਂ ਨੂੰ ਇੰਜੋਏ ਨਹੀਂ ਕਰਦੇ। ਕੁਦਰਤ ਦਾ ਸਿਸਟਮ ਇਹ ਆ ਕਿ ਮਨੁੱਖ ਨੂੰ ਇੰਜੋਏ ਕਰੇ। ਮੈਂ ਫਿਰ ਕਹਿੰਦਾ ਹੌਲੀ ਹੌਲੀ ਜਿਹੜੀ ਵਿਗਿਆਨ ਦਾ ਵਿਕਾਸ ਹੋ ਰਿਹਾ ਇਹ ਇਸ ਤਰ੍ਹਾਂ ਹੋਣਾ ਵੀ ਰੋਬੋਟਸ ਇੰਨੇ ਹੋ ਜਾਣੇ ਆ, ਰੋਬੋਟਸ ਕੰਮ ਕਰਨੇ ਆ, ਆਪਾਂ ਸਮੁੰਦਰ ਦੇ ਕਿਨਾਰੇ ਬੈਠਿਆ ਕਰਨਾ ਛਤਰੀ ਲਾ ਕੇ, 20 ਰੁਪਇਆ ਕਰਨੀ ਆ। ਇਹਨੇ ਬਲਦੇਵ ਦਾ ਇਹ ਖਿਆਲ ਸੀ। ਮੈਂ ਹੁਣ ਇਹ ਗੱਲ ਹੋਣੀ ਕੋਈ 15-16 ਸਾਲ ਦੀ, ਹੁਣ ਮੈਂ ਦਿਨ ਬ ਦਿਨ ਦੇਖ ਰਿਹਾ ਕਿ ਰੋਬੋਟਸ ਤਾਂ ਜ਼ਰੂਰ ਆ ਗਏ ਆ, ਆਟੋਮਾਈਜੇਸ਼ਨ ਹੋ ਰਹੀ ਆ, ਕਾਰਾਂ ਚਲਾਉਣ ਲਈ ਵੀ ਰੋਬੋਟ ਆ ਗਏ ਆ ਹੁਣ ਚਲਾਉਣੇ ਆ, ਪਰ ਜ਼ਿੰਦਗੀ 'ਚ ਫੁਰਸਤ ਤਾਂ ਨਹੀਂ ਵਧੀ। ਔਰ ਫੁਰਸਤ ਕਹਿੰਦੇ ਆ ਕਿ ਜਿਹੜੀ ਤੁਸੀਂ ਖੁਸ਼ੀ ਦੀ ਗੱਲ ਕਰਦੇ ਹੋ, ਜੇ ਤੁਹਾਡੇ ਕੋਲ ਫੁਰਸਤ ਹੀ ਨਹੀਂ ਜ਼ਿੰਦਗੀ ਦੀ ਖੁਸ਼ੀ ਦਾ ਆਨੰਦ ਨਹੀਂ ਮਾਣ ਸਕਦੇ। ਕੀ ਇੰਨੇ ਰੁੱਝੇ ਹੋਏ ਰਹਿਣ ਦੇ ਬਾਵਜੂਦ ਵੀ ਬੰਦੇ ਖੁਸ਼ ਰਹਿ ਸਕਦੇ? ਤਿੰਨ ਸਭ ਇਹ 'ਚ ਮੈਨੂੰ ਕਿ ਕਨਫਿਊਸ਼ੀਅਸ ਦੀ ਗੱਲ ਯਾਦ ਆ ਗਈ। ਕਨਫਿਊਸ਼ੀਅਸ ਨੇ ਕਿਹਾ ਵੀ ਜੇ ਤੁਸੀਂ ਆਪਣੇ ਕੰਮ ਨੂੰ ਪਸੰਦ ਕਰ, ਜੇ ਤੁਹਾਨੂੰ ਕੋਈ ਇਹੋ ਜਿਹਾ ਕੰਮ ਮਿਲ ਜਾਂਦਾ ਜਿਹਨੂੰ ਤੁਸੀਂ ਪਸੰਦ ਕਰਦੇ ਆ, ਦੈਨ ਯੂ ਡੋਂਟ ਹੈਵ ਟੂ ਵਰਕ ਏ ਸਿੰਗਲ ਡੇ ਇਨ ਯੂਅਰ ਲਾਈਫ। ਦੈਟਸ ਰਾਈਟ, ਤੁਹਾਡਾ ਹੌਬੀ, ਤੁਹਾਡਾ ਸ਼ੌਕ, ਫਿਰ ਤੁਹਾਨੂੰ ਕੰਮ ਹੀ ਨਹੀਂ ਕਰਨਾ ਪੈਂਦਾ ਜੇ ਤੁਸੀਂ ਉਸ ਕੰਮ ਨੂੰ ਪਸੰਦ ਕਰਦੇ ਆ, ਫਿਰ ਤੁਹਾਡੇ ਲਈ ਇੰਜੋਏ ਉਹੀ ਇੰਜੋਏਮੈਂਟ ਹੈ। ਲੈਟ ਯੂਅਰ ਵਰਕ ਵੀ ਯੂਅਰ ਇੰਜੋਏਮੈਂਟ। ਕੰਮ ਜਿਹੜਾ ਹੈਗਾ, ਕੰਮ ਇਸ ਗੱਲ 'ਤੇ ਮੈਂ ਜ਼ਰੂਰ ਹੈ ਵੀ ਬੱਧੋ ਰੁੱਧੀ ਵਾਲਾ ਜਿਹੜਾ ਕੰਮ ਹੈਗਾ ਜਾ ਕੇ, ਉਹਨੂੰ ਕਈਆਂ ਬੰਦਿਆਂ ਵਿੱਚ ਇਹ ਸਿਫਤ ਆ ਵੀ ਉਹ ਕੰਮ ਜਿਹੜਾ ਮਿਲਦਾ ਉਹਨੂੰ ਇੰਜੋਏ ਕਰ ਲੈਂਦੇ, ਐਟੀਚਿਊਡ ਇੱਦਾਂ ਦਾ ਬਣਾ ਲੈਂਦੇ। ਸੋ ਮਨੁੱਖ ਦੇ ਐਟੀਚਿਊਡ 'ਤੇ ਬਹੁਤ ਘਰ ਆ, ਜੇ ਬਿਲਕੁਲ ਹੀ ਕੋਈ ਕੰਮ ਨਾ ਹੋਵੇ ਤਾਂ ਉਹ ਵੀ, ਮੈਂ ਤੁਹਾਨੂੰ ਦੱਸਦਾ ਮੇਰੇ ਕੋਲ ਇੱਕ ਦੋ ਮਿਸਾਲਾਂ ਹੈਗੀਆਂ, ਜੇ ਕਿ ਮੇਰੇ ਫਰੈਂਡ ਆ ਜਿਹੜੇ ਕੰਮ ਹੁਣ ਬਿਲਕੁਲ ਨਹੀਂ ਕਰਦੇ, ਉਹ ਦੇ ਆਰ ਲਿਵਿੰਗ ਏ ਮਿਜ਼ਰੇਬਲ ਲਾਈਫ। ਉਹ ਕਹਿੰਦੇ ਜੀ ਕੰਮੇ ਕੁਛ ਕਰਨ ਨੂੰ ਹੈ ਨਹੀਂ ਜਾ ਕੇ। ਇੱਕ ਮੈਨੂੰ ਕਹਿੰਦਾ ਸੀਗਾ, ਕਹਿੰਦਾ ਮੈਂ ਕਹਿੰਦਾ ਵਾਕ ਵੂਕ ਕਰਿਆ, ਕਹਿੰਦਾ ਮੈਂ ਵਾਕ ਕਰਨ ਜਾਂਦਾ ਦਿਨ 'ਚ ਇੱਕ ਵਾਰ ਜਾਂਦਾ, ਹੁਣ ਕਹਿੰਦਾ ਮੈਂ ਮਨ ਬਣਾਇਆ ਵੀ 3 ਵਾਰ ਨਿਕਲਿਆ ਕਰਾਂ, ਟੈਵੇਂ ਨਹੀਂ ਬੀਜਦਾ ਕਹਿੰਦਾ। ਉਹ ਇੰਗਲੈਂਡ ਵਾਲੇ? ਹਾਂ, ਟੈਵੇਂ ਨਹੀਂ ਬੀਜਦਾ, ਟੈਵੇਂ ਨਹੀਂ ਬੀਜਦਾ। ਸੋ ਇਸ ਕਰਕੇ ਕੰਮ ਜਿਹੜਾ ਹੈਗਾ ਆ, ਕੰਮ ਤਾਂ ਮੈਂ ਇਹ ਗੱਲ ਤਾਂ ਸਮਝਦਾ ਵੀ ਕੰਮ ਤਾਂ ਜ਼ਰੂਰ ਕਰਨਾ ਚਾਹੀਦਾ, ਜਿੰਨਾ ਕੁ ਤੁਹਾਡਾ ਫਿਜ਼ੀਕਲ ਤੁਹਾਨੂੰ ਇਜਾਜ਼ਤ ਦਿੰਦਾ, ਤੁਹਾਡਾ ਸਰੀਰ ਉਨਾ ਕੰਮ ਕਰਨਾ ਚਾਹੀਦਾ, ਪਰ ਫਿਰ ਵੀ ਉਹ ਆਪਣੇ ਤੁਹਾਨੂੰ ਫਿਰ ਉਹ, ਮੈਂ ਉਹਨੇ ਖੁਸ਼ਵੰਤ ਸੁਣਨ ਵਾਲੀ ਗੱਲ ਦੱਸ ਦਿੰਦਾ ਜੀ। ਇੱਕ ਵਾਰ ਮੈਂ ਖੁਸ਼ਵੰਤ ਸੁਣਨ ਨੂੰ ਮਿਲਿਆ ਜੀ। ਅੱਛਾ ਜੀ। ਹਾਂਜੀ, ਅਤੇ ਕਿਸੇ ਦੇ ਨਾਲ, ਅਤੇ ਖੁਸ਼ਵੰਤ ਸੁਣਨ ਨੂੰ ਮੈਂ ਕੁਛ 2-3 ਸਵਾਲ ਕੀਤੇ, ਉਹਨਾਂ ਵਿੱਚ ਇੱਕ ਇਹ ਸਵਾਲ ਸੀ ਵੀ ਆਦਮੀ ਖੁਸ਼ ਕਿੱਦਾਂ ਰਹਿ ਸਕਦਾ। ਕੀ ਕਹਿੰਦੇ ਜੀ ਫਿਰ? ਉਹ ਕਹਿੰਦੇ ਵੀ ਆਦਮੀ ਨੂੰ ਖੁਸ਼ ਰੱਖਣ ਵਿੱਚ ਜਾਂ ਨਾ ਖੁਸ਼ ਰੱਖਣ ਦੇ ਵਿੱਚ ਦੋ ਚੀਜ਼ਾਂ ਦਾ ਅਹਿਮ ਰੋਲ ਆ, ਇੱਕ ਉਹਦੇ ਕੰਮ ਦਾ, ਇੱਕ ਉਹਦੀ ਘਰਵਾਲੀ ਦਾ। ਅਤੇ ਉਹ ਕਹਿੰਦੇ ਮੈਂ ਇਹ ਸਮਝਦਾ ਵੀ ਜੇ ਤੁਹਾਡਾ ਕੰਮ ਤੁਹਾਨੂੰ ਬਹੁਤ ਟਰਬਲ ਦਿੰਦਾ, ਅਨਹੈਪੀਨੈਸ ਦਿੰਦਾ, ਤੁਹਾਨੂੰ ਦੁਖੀ ਕਰਦਾ, ਔਰ ਤੁਸੀਂ ਦੂਜੇ ਪਾਸੇ ਰੋਟੀ ਖਾ ਸਕਦੇ ਹਾਂ, ਇਹ ਨਾ ਹੋਵੇ ਭੁੱਖੇ ਮਰੋ, ਦੂਜੇ ਪਾਸੇ ਤੁਹਾਡੇ ਕੋਈ ਇੱਦਾਂ ਦੀ ਸੁਵਿਧਾ ਹੈ ਕਿ ਰੋਟੀ ਖਾ ਸਕਦੇ ਹਾਂ, ਫਿਰ ਕੰਮ ਛੱਡ ਦਿਓ।
ਫਿਰ ਉਹ ਕੰਮ ਨਾ ਕਰੋ, ਕਹਿੰਦਾ ਜਿਹੜਾ ਕੰਮ ਤੁਹਾਨੂੰ ਇੰਨਾ ਦੁਖੀ ਕਰਦਾ ਖੁਸ਼ੀ ਨਹੀਂ ਦਿੰਦਾ, ਡੂ ਦੈਟ। ਅਤੇ ਫਿਰ ਮੈਂ ਕਿਹਾ ਜੀ ਘਰ ਵਾਲੀ ਬਾਰੇ, ਕਹਿੰਦੇ ਮੇਰਾ ਤਾਂ ਘਰ ਵਾਲੀ ਬਾਰੇ ਵੀ ਇਹ ਵਿਚਾਰ ਹੈ ਵੀ ਜੇ ਤੁਹਾਨੂੰ ਦੁਖੀ ਆ ਫਿਰ ਤੁਸੀਂ ਨਾ ਕਰੋ। ਮੈਂ ਕਿਹਾ ਜੀ ਜੇ ਫਿਰ ਘਰ ਵਾਲੀ ਕਦੇ ਖੁਸ਼ੀ ਦੇਵੇ ਕਦੇ ਗਮੀ ਦੇਵੇ ਫਿਰ ਫਿਰ ਉਹ ਜਸਟ ਸਮਾਈਲਡ, ਫਿਰ ਉਹਦਾ ਜਵਾਬ ਨਹੀਂ ਦਿੱਤਾ ਕੋਈ ਵੀ, ਤੁਸੀਂ ਵੀ ਤਾਂ ਗਾਂ ਦਾ। ਸੋ ਇਸ ਕਰਕੇ ਉਹਦਾ ਕੋਈ ਜਵਾਬ ਨਹੀਂ ਦਿੱਤਾ। ਪਰ ਫਿਰ ਅੰਤ ਦੇ ਵਿੱਚ ਮੈਂ ਇਹ ਕਹਿ ਦਵਾਂ ਵੀ ਆਹ ਲਾਈਫ ਰੀਅਲ ਆ, ਇਹ ਪੱਕੀ ਆ, ਇਹ ਸੱਚੀ ਆ, ਇਹਨੂੰ ਚੰਗੀ ਤਰ੍ਹਾਂ ਆਪਾਂ ਜੀ ਲਈਏ। ਇਹ ਚੰਗੀ ਤਰ੍ਹਾਂ ਤਾਂ ਹੀ ਜੀ ਹੋਣੀ ਆ, ਇਹ ਖਾਸ ਤੌਰ 'ਤੇ ਇਸ ਮੁਲਕ ਵਿੱਚ ਜਿਹਨੂੰ ਹੁਣ ਮੈਂ ਸਵਰਗ ਸਮਝਦਾ ਜਾ ਕੇ ਜਿਹੜਾ ਹੈ ਸਵਰਗ, ਜੇ ਅਸੀਂ ਆਪਸ ਦੇ ਵਿੱਚ ਜਿਹੜਾ ਹੈਗਾ ਕਿਸੇ ਵੀ ਮਤਭੇਦ ਕਰਕੇ ਲੜੀਏ ਨਾ, ਮਤਭੇਦ ਇਹ ਸਮਝ ਲਈਏ ਵੀ ਇਹਦਾ ਰਾਈਟ ਆ ਇਹ ਵਿਊ ਰੱਖਣ ਦਾ, ਮੇਰਾ ਰਾਈਟ ਆ ਇਹ ਵਿਊ ਰੱਖਣ ਦਾ। ਜ਼ਰੂਰੀ ਨਹੀਂ ਵੀ ਇਹ ਉੱਦਾਂ ਹੀ ਸੋਚੇ ਜਿੱਦਾਂ ਮੈਂ ਸੋਚਦਾ। ਹਰ ਬੰਦੇ ਨੇ ਅਲੱਗ ਅਲੱਗ ਸੋਚਣਾ, ਬੱਚਿਆਂ ਨੇ ਵੀ ਅਲੱਗ ਸੋਚਣਾ, ਘਰ ਵਾਲੀ ਨੇ ਵੀ ਅਲੱਗ ਸੋਚਣਾ ਜਾ ਕੇ, ਉਹ ਉਹਨਾਂ ਦਾ ਰਾਈਟ ਆ। ਪਰ ਇੱਕ ਗੱਲ ਫਿਰ ਮੈਂ ਵਾਰ ਵਾਰ ਉਹ ਕਰਾਂਗਾ ਜਾ ਕੇ ਵੀ ਲਾਅ ਨੂੰ ਨਾ ਤੋੜੋ ਕਿਸੇ ਦਾ, ਜੀ ਜੀ ਲਾਅ ਨਾ ਤੋੜੋ, ਕਿਉਂਕਿ ਲਾਅ ਜਾਂ ਟੁੱਟ ਜਾਂਦਾ ਫਿਰ ਖੁਸ਼ੀ ਨਹੀਂ ਆਉਣੀ ਹੈ ਕਦੇ ਵੀ, ਕਿਉਂਕਿ ਸਹੀ ਕੀ ਆ ਗਲਤ ਕੀ ਆ ਇਹ ਇਹਦਾ ਨਹੀਂ ਪਤਾ। ਪਰ ਲਾਅ ਜਿਹੜਾ ਉਹਨੂੰ ਦੱਸ ਦਿੱਤਾ ਪਿਆ ਸਹੀ ਆ ਗਲਤ ਹੈ, ਉਹਨੂੰ ਜ਼ਰੂਰ ਫੋਲੋ ਕਰੋ, ਉਹਦੇ ਨਾਲ ਫਾਈਟ ਕਰਨਾ, ਉਹ ਨਾ ਫਾਈਟ ਕਰਨਾ ਨਾ ਮਰੋ, ਉੱਦਾਂ ਉਹਦੇ ਵੇਜ਼ ਹੈਗੇ ਜੇ ਤੁਸੀਂ ਸਮਝਦੇ ਲਾਅ ਗਲਤ ਹੈ ਉਹਨੂੰ ਬਦਲਣ ਦੀ ਕੋਸ਼ਿਸ਼ ਕਰੋ, ਪਰ ਜਦ ਹੈਗਾ ਤਾਂ ਉਹਨੂੰ ਫਿਰ ਫੋਲੋ ਕਰੋ ਜਾ ਕੇ। ਪਰ ਉੱਦਾਂ ਇਸੇ ਗੱਲ ਕਰਕੇ ਨਾ ਕਿਸੇ ਨਾਲ ਝਗੜੋ ਵੀ ਇਹਦੇ ਵਿਚਾਰ ਹੋ ਰਿਹਾ ਮੇਰੇ ਵਿਚਾਰ ਹੋ, ਵਿਚਾਰਾਂ ਦੀ ਖਾਤਰ ਵਿਚਾਰਾਂ ਦੇ ਮਤਭੇਦ ਕਰ ਆਪਸ ਵਿੱਚ ਲੜਨਾ ਝਗੜਨਾ ਮੇਰੇ ਖਿਆਲ 'ਚ ਠੀਕ ਨਹੀਂ। ਵਿਚਾਰ ਬਦਲਦੇ ਰਹਿੰਦੇ, ਵਿਚਾਰ ਬਦਲਦੇ ਰਹਿੰਦੇ, ਬਦਲ ਜਾਣੇ ਪੱਕੀ ਗੱਲ ਹੈ ਬਦਲ ਜਾਣੇ। ਜਿਨ੍ਹਾਂ ਦੇ ਨਾਲ ਮੈਂ ਦੱਸਦਾ, ਮੈਂ ਥੈਂਕ ਸਾਹਿਬ ਮੈਂ ਹੁਣ ਤੁਹਾਨੂੰ ਇਹ ਦੱਸ ਦਿੰਦਾ, ਮੈਂ ਇੰਨੀਆਂ ਬੇਵਕੂਫੀਆਂ ਕੀਤੀਆਂ, ਮੈਂ ਆਪਣੇ ਸਾਥੀਆਂ ਨੂੰ ਫਿਜ਼ੀਕਲੀ ਯੂਨੀਅਨ ਕਰਕੇ ਕੁੱਟਿਆ ਵੀ, ਮੈਂ ਮਾਫੀਆਂ ਮੰਗੀਆਂ ਬਹੁਤ, ਉਹ ਤੋਂ ਜਾ ਕੇ ਬਾਅਦ ਦੇ ਵਿੱਚ ਬਹੁਤ ਮਾਫੀਆਂ ਮੰਗੀਆਂ, ਮਾਫੀਆਂ ਮੰਗੇ ਮੇਰੇ ਰਿਲੇਸ਼ਨ ਤੋਂ, ਪਰ ਉਹ ਬੰਦੇ ਦੇ ਮਨ ਦੇ ਵਿੱਚੋਂ ਗੱਲ ਗਈ ਨਹੀਂ ਸਾਰੀ। ਮੈਂ ਕਰ ਲਿਆ ਕਿ ਉਹਨੂੰ ਖਾਣਾ ਵੀ ਖਿਲਾਇਆ ਜੀ ਕਈ ਵਾਰ, ਮੈਂ ਮਾਫੀ ਮੰਗੀ ਉਹ ਤੋਂ ਜਾ ਕੇ, ਪਰ ਉਹਦੇ ਮਨ 'ਚੋਂ ਗਈ ਨਹੀਂ ਗੱਲ ਜਾ। ਜਿਹਨੂੰ ਤੁਸੀਂ ਇੱਕ ਵਾਰੀ ਕੁੱਟ ਦਿੰਦੇ ਹੋ ਮਾਫ ਨਹੀਂ ਕਰਦਾ, ਨਹੀਂ ਮਾਫ ਨਹੀਂ ਕਰਦਾ ਜੀ, ਮਾਫ ਨਹੀਂ ਕਰਦਾ, ਪੰਜਾਬੀ ਗੋਰੇ ਕਰ ਦਿੰਦੇ, ਨਹੀਂ ਮਾਫ ਨਹੀਂ ਕਰਦਾ ਜੀ, ਬਹੁਤ ਕੁਛ ਕੀ। ਇਸ ਕਰਕੇ ਇੱਦਾਂ ਦੀ ਸਿਚੁਏਸ਼ਨ ਨਾ ਆਵੇ ਵੀ ਜਿਹੜੀਆਂ ਮੇਰੀਆਂ ਗਲਤੀਆਂ ਤੋਂ ਤੁਸੀਂ ਸਿੱਖ ਲਓ ਜੇ ਸਿੱਖ ਸਕਦੇ ਹੋ ਨੌਜਵਾਨੋਂ। ਥੈਂਕ ਯੂ ਜੀ ਪ੍ਰੋਫ ਸਾਹਿਬ, ਬਹੁਤ ਬਹੁਤ ਮਿਹਰਬਾਨੀ ਤੁਹਾਡੀ, ਸ਼ੁਕਰੀਆ। ਨੰਬਰ 1 ਸਾਊਥ ਏਸ਼ੀਅਨ ਰੇਡੀਓ ਸਟੇਸ਼ਨ 89.1 ਐਂਡ 93.1 ਰੈ